ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਦੀ ਦੰਨੀਆਂ ਸਾਰੀਆਂ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਵੱਡੀਆਂ ਖਬਰਾਂ ਸ਼ੁਰੂਆਤ ਕੱਲ ਦੀ ਲੋਕ ਰਾਏ ਦੇ ਨਤੀਜੇ ਤੋਂ ਕੱਲ ਦੀ ਲੋਕ ਰਾਏ ਸੀ ਕਿ ਪੰਜਾਬ ਸਰਕਾਰ ਵੱਲੋਂ ਐਤਕੀ ਸਰਕਾਰੀ ਮੁਲਾਜ਼ਮਾਂ ਨੂੰ ਲੇਟ ਤਨਖਾਹ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਐਮਐਲਏ ਸੁਖਪਾਲ ਖੈਰਾ ਨੇ ਸੀਐਮ ਮਾਨ ਨੂੰ ਸਲਾਹ ਦਿੱਤੀ ਹੈ ਕਿ ਵਿਅਰਥ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਤੇ ਫਜ਼ੂਲ ਖਰਚਾ ਨੂੰ ਘਟਾ ਲਓ ਤਨਖਾਹਾਂ ਸਮੇਂ ਖੇਹਰਾ ਦਿਸਲਾ ਨਾਲ ਸਹਿਮਤੋਂ ਤਾਂ 82% ਸਾਡੇ ਦਰਸ਼ਕਾਂ ਨੇ ਸਹਿਮਤੀ ਜਤਾਈ ਸੀ ਜਦਕਿ 18% ਅਸਹਿਮਤ ਵੀ ਸਨ ਅਜੀ ਲੋਕਰਾਇਆ ਕਿ ਸੈਂਟਰ ਸਰਕਾਰ ਦੇ ਨਾਲ ਹਮੇਸ਼ਾ ਪੰਗਾ ਲੈਣ ਵਾਲੇ ਮਿਹਗਾਲਿਆ ਦੇ ਰਾਜਪਾਲ ਸੱਤਿਆਪਾਲ ਮਾਲਿਕ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਫੌਜੀਆਂ ਨੂੰ ਬਰਬਾਦ ਕਰ ਦਿੱਤਾ ਹੈ ਕੀ ਤੁਸੀਂ ਇਸ ਦਾਅਵੇ ਦੇ ਨਾਲ ਸਹਿਮਤ ਹੋ ਜੇ ਸਹਿਮਤ ਹੋ ਯਸ ਜਾਂ ਹਾਂ ਲਿਖਿਓ ਸਹਿਮਤ ਨਹੀਂ ਹੋ ਨੋ ਜਾਂ ਨਾ ਲਿਖਿਓ ਖਬਰਾਂ ਵਿਸਤਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਚੌਲਾਂ ਦੇ ਨਾਲ ਜੁੜੀ ਹੋਈ ਖਬਰ ਹੈ ਗੈਰਵਾਸਮਤੀ ਚੌਲਾਂ ਦੀ ਬਰਾਮਤ ਤੇ 20% ਦੀ ਕਸਟਮ ਡਿਊਟੀ ਲਾਉਣ ਤੋਂ ਬਾਅਦ ਭਾਰਤ ਸਰਕਾਰ ਨੇ ਘਰੇਲੂ ਮੰਗ ਨੂੰ ਪੂਰੀ ਕਰਨ ਦੇ ਲਈ ਚੌਲਾਂ ਦੇ ਟੋਟੇ ਦੀ ਰਾਮਤ ਤੇ ਪਾਬੰਦੀ ਲਾ ਦਿੱਤੀ ਹੈ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਨੇ 8 ਸਤੰਬਰ 2022 ਦੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਹੈ ਕਿ ਚੌਲਾਂ ਦੇ ਟੋਟੇ ਦੀ ਬਰਾਮਦ 9 ਸਤੰਬਰ 2022 ਤੋਂ ਬੰਦ ਕੀਤੀ ਜਾ ਰਹੀ ਹੈ ਯਾਨੀ ਕਿ ਸ਼ੁੱਕਰਵਾਰ ਤੋਂ ਬੰਦ ਕਰ ਦਿੱਤੀ ਗਈ ਹੈ ਕੇਂਦਰੀ ਖੁਰਾਕ ਸਖਤਰ ਸੁਦਾਂਸ਼ੂ ਪਾਂਡੇ ਨੇ ਦੱਸਿਆ ਕਿ ਮੌਜੂਦਾ ਸੌਣੀ ਸੀਜ਼ਨ ਦੇ ਵਿੱਚ ਝੋਨੇ ਦੀ ਬਿਜਾਈ ਰਕਬੇ ਦੇ ਵਿੱਚ ਕਮੀ ਕਾਰਨ ਇਸ ਸਾਲ ਚੌਲਾਂ ਦੇ ਉਤਪਾਦਨ ਦੇ ਵਿੱਚ ਇੱਕ ਤੋਂ ਡੇਢ ਕਰੋੜ ਟਨ ਦੀ ਗਿਰਾਵਟ ਆ ਸਕਦੀ ਹੈ ਕੁਝ ਸੂਬਿਆਂ ਦੇ ਵਿੱਚ ਚੰਗਾ ਮੀਂਹ ਨਾ ਪੈਣ ਕਾਰਨ ਝੋਨੇ ਦੀ ਬਿਜਾਈ ਦਾ ਰਕਬਾ 5.8% ਘਟ ਕੇ 383.99 ਲੱਖ ਹੈਕਟੇਅਰ ਤੇ ਆ ਗਿਆ ਇਸ ਕਾਰਨ ਦੇਸ਼ ਦੇ ਵਿੱਚ ਚੌਲਾਂ ਦਾ ਉਤਪਾਦਨ 1 ਕਰੋੜ ਟਨ ਤੋਂ ਸਵਾ ਕਰੋੜ ਟਨ ਤੱਕ ਘਟ ਸਕਦਾ ਹੈ ਜਾਂ ਫਿਰ ਡੇਢ ਕਰੋੜ ਟਨ ਤੱਕ ਵੀ ਕੱਟ ਹੋ ਸਕਦਾ ਹੈ ਪੰਥਕ ਕਾਲੀ ਲਹਿਰ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਸਰਕਾਰ ਨੇ ਚੋਣਾਂ ਕਰਵਾਉਣ ਦਾ ਛੇਤੀ ਐਲਾਨ ਨਾ ਕੀਤਾ ਤਾਂ 24 ਸਤੰਬਰ ਨੂੰ ਇਸੇ ਮਹੀਨੇ ਦੀ 24 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਦੇ ਚੰਡੀਗੜ੍ਹ ਘਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਗਵਰਨਰ ਹਾਊਸ ਦੇ ਬਾਹਰ ਵੱਡੀ ਰੈਲੀ ਕਰਦਿਆਂ ਗਵਰਨਰ ਨੂੰ ਮਿਲ ਕੇ ਸ਼੍ਰੋਮਣੀ ਕਮੇਟੀ ਦੇ ਚੋਣਾਂ ਜਲਦ ਕਰਵਾਉਣ ਦੇ ਲਈ ਮੰਗ ਪੱਤਰ ਸੌਂਪਿਆ ਜਾਏਗਾ ਜਥੇਦਾਰ ਨੇ ਹਿਰਕਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਹੋਏ ਨੂੰ 12 ਸਾਲ ਬੀਤ ਚੁੱਕੇ ਨੇ ਚੋਣਾਂ ਆ ਹੁਣ ਕਰਕੇ ਐਸਜੀਪੀਸੀ ਦਾ ਅਰਬਾਂ ਦਾ ਬਜਟ ਖਰਾਬ ਹੋ ਰਿਹਾ ਆਪ ਸਰਕਾਰ ਦੇ ਵਰਦਿਆ ਜਥੇਦਾਰ ਨੇ ਕਿਹਾ ਕਿ ਹਾਲੇ ਤੱਕ ਚੋਣ ਕਮਿਸ਼ਨ ਨੂੰ ਕੰਮ ਕਰਨ ਦੇ ਲਈ ਇੱਥੇ ਸਟਾਫ ਹੀ ਨਹੀਂ ਦਿੱਤਾ ਗਿਆ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਜਦੋਂ ਸਟਾਫ ਨਹੀਂ ਦਿੱਤਾ ਗਿਆ ਕਮੇਟੀ ਦੀਆਂ ਚੋਣਾਂ ਦੇ ਲਈ ਵੋਟਾਂ ਕਦੋਂ ਵੰਡਣਗੀਆਂ ਤੇ ਕਦੋਂ ਚੋਣ ਹੋਵੇਗੀ ਉਹਨਾਂ ਨੇ ਦੋਵਾਂ ਸਰਕਾਰਾਂ ਉੱਤੇ ਸਿੱਖਾਂ ਨਾਲ ਧੱਕਾ ਕਰਨ ਦੇ ਦੋਸ਼ ਵੀ ਲਾਏ ਦਾਵਾ ਕੀਤਾ ਜਥੇਦਾਰ ਨੇ ਕਿ ਹੁਣ ਲੋਕ ਬਾਦਲ ਪਰਵਾਰ ਨੂੰ ਨਕਾਰ ਚੁੱਕੇ ਨੇ ਜਦੋਂ ਵੀ ਚੋਣਾਂ ਹੋਣਗੀਆਂ ਬਾਦਲ ਦੇ ਪਿਆਰੇ ਚਲੇ ਜਾਣਗੇ ਗੁਰੂ ਦੇ ਪਿਆਰੇ ਆ ਜਾਣਗੇ 24 ਤਰੀਕ ਨੂੰ ਇੱਕ ਰੋਸ ਮਜਾਰਾ ਕਰਾਂਗੇ ਭਰਵਾ ਤਾਂ گورنر ਸਾਹਿਬ ਦੇ ਕੋਲ ਪਹੁੰਚਾਂਗੇ ਆਪ ਉਹਨਾਂ ਨੂੰ ਫਿਰ ਹੋਰ ਜ਼ਿਆਦਾ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਆਪ ਉਥੋਂ ਤੱਕ ਜਾਵਾਂਗੇ ਮਜਾਰਾ ਕਰਕੇ ਸਾਰੇ ਪੰਜਾਬ ਦੇ ਸਾਡੇ ਮੇਨ ਮੇਨ ਲੀਡਰ ਹੋਣਗੇ ਜਿਹੜੇ ਅਸੀਂ ਇੱਕ ਜਬਰਦਸਤ ਪ੍ਰੋਟੈਸਟ ਕਰਾਂਗੇ ਜਿਹੜਾ ਜਿਹਦੇ ਨਾਲ ਇਹ ਸਰਕਾਰਾਂ ਦੀ ਨੀਂਦ ਦੇ ਵਿੱਚੋਂ ਉੱਠ ਜਾਣ ਕੁੰਭ ਕਰਨ ਦੀ ਨੀਂਦ ਝੋਟ ਜਾਣ ਸਿੱਖ ਕੌਮ ਦੇ ਸਿੱਖ ਕੌਮ ਨੂੰ ਕੌਣ ਕਰਦਾ ਆ ਉਹਦੇ ਨਾਲ ਉਹਦੀ ਤਾਕਤ ਉਹਦੇ ਕਿਹਦੇ ਪਿੱਛੇ ਆ ਇਹ ਤੇ ਸਿੱਖ ਕੌਮ ਨੇ ਦੱਸਣਾ ਨਾ ਤੇ ਦੱਸੋ ਕਿ ਉਦੋਂ ਜਦੋਂ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣਗੇ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣਗੇ ਤੇ ਅਕਾਲ ਤਖਤ ਵੀ ਆਪਣੀ ਹੋਂਦ ਚ ਆਊਗਾ ਇਹ ਜਿਹੜੇ ਬਾਦਲ ਦੇ ਪਿਆਰੇ ਚਲੇ ਜਾਣਗੇ ਗੁਰੂ ਦੇ ਪਿਆਰੇ ਹੋਣਗੇ ਉਹ ਫਿਰ ਡਿਸੀਜਨ ਲੈਣਗੇ ਇਸ ਦੇ ਨਾਲ ਹੀ ਜਥੇਦਾਰ ਰਣਜੀਤ ਸਿੰਘ ਨੇ 25 25 30 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਵੀ ਕੀਤੀ ਉਮਰ ਕਾਇਦਾ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਇਹ ਹੁਣ ਇਲੈਕਸ਼ਨ ਹੋ ਨਹੀਂ ਰਿਹਾ ਪ੍ਰਬੰਧਕ ਕਮੇਟੀ ਦਾ ਕੋਈ ਵਾਰਿਸ ਨਹੀਂ ਹੈ ਇਸ ਵੇਲੇ ਅਕਾਲ ਤਖਤ ਦਾ ਕੋਈ ਵਾਰਿਸ ਨਹੀਂ ਤੇ ਸਿੱਖ ਕੌਮ ਨੂੰ ਲੋ ਵਾਰਸ ਨਾਲ ਸਮਝੇ ਸਰਕਾਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਵੀ ਸਿੱਖ ਕੈਦੀ 25 25 ਸਾਲ ਕੱਟ ਚੁੱਕੇ ਨੇ ਉਹਨਾਂ ਨੂੰ ਇਮੀਡੀਏਟਲੀ ਰਿਲੀਜ਼ ਕਰੇ ਪੰਜਾਬ ਦੇ ਵਿੱਚ ਸਿੱਖ ਪਰਿਵਾਰਾਂ ਜਾਂ ਫਿਰ ਹੋਰ ਧਰਮਾਂ ਦੇ ਲੋਕ ਜਿਹੜੇ ਇਸਾਈਅਤ ਧਾਰਨ ਕਰ ਰਹੇ ਨੇ ਉਸ ਰੁਝਾਨ ਤੇ ਵੀ ਜਥੇਦਾਰ ਨੇ ਕੌਮ ਨੂੰ ਇੱਕ ਵਧੀਆ ਸੁਝਾਅ ਦਿੱਤਾ ਹੈ ਤੇ ਹਰ ਵਾਰ ਦੀ ਤਰ੍ਹਾਂ ਬਾਦਲ ਪਰਿਵਾਰ ਤੇ ਸਿੱਖ ਲੀਡਰਸ਼ਿਪ ਨੂੰ ਇਹਨਾਂ ਕਾਰਨਾਂ ਦੇ ਲਈ ਕੋਸ਼ਿਸ਼ ਆਵੀ ਦੇਖੋ ਭਾਈ ਸਾਹਿਬ ਗੱਲ ਇਹ ਆ ਕਬੀਰ ਜੀ ਨੇ ਵੀ ਕਦੀ ਕਿਹਾ ਭੁੱਖੇ ਭਗਤ ਨਾ ਕੀਜੇ ਜਾਂ ਹਿਮਾਲਾ ਆਪਣੀ ਲਈ ਜੈ ਸਾਡੇ ਕਰੀਬ ਪਿੰਡਾਂ 'ਚ ਜਿਹੜੇ ਬੱਚੇ ਨੇ ਉਹ ਜੋ ਸਕੂਲ ਚ ਜਾਂਦੇ ਆ ਤੇ ਉਹਨਾਂ ਨੂੰ ਇੱਕ ਤੇ ਮਿਆਰੀ ਵਿੱਦਿਆ ਹਾਸਲ ਹੋਵੇ ਇੱਕ ਉਹਨਾਂ ਦੀ ਫੀਸ ਮਾਫ ਹੋਵੇ ਤੋਂ ਉਹ ਪ੍ਰਭਾਵਿਤ ਹੋ ਰਹੇ ਨੇ ਹੁਣ ਸਾਡੇ ਕੋਲ ਅਸੀਂ ਗਿਰਜਾ ਤੋੜੀਏ ਤੇ ਉਹਦੇ ਨਾਲੇ ਰੁਜ਼ਾਨ ਨਹੀਂ ਰੁਕਣਾ ਜਿਨ੍ਹਾਂ ਨੂੰ ਲਾਭ ਮਿਲ ਰਿਹਾ ਉਹ ਤੇ ਜਾਣਗੇ ਪਰ ਜੇ ਅਸੀਂ ਜਿਹੜੇ ਸਾਡੇ ਬੱਚੇ ਨੇ ਜਿਹੜੇ ਬੱਚੇ ਸਾਡੇ ਸਾਡਾ ਹੱਕ ਰੱਖਦੇ ਨੇ ਸਾਡੇ ਤੇ ਜੇ ਅਸੀਂ ਉਹਨਾਂ ਨੂੰ ਮਿਆਰੀ ਵਿੱਦਿਆ ਦੇਈਏ ਆਪਣੇ ਸਕੂਲਾਂ 'ਚ ਉਹਨਾਂ ਨੂੰ ਥਾਂ ਦੇਈਏ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਅਸੀਂ ਆਪਣਾ ਉਹਨਾਂ ਦੀ ਫੀਸ ਮਾਫ ਕਰੀਏ ਤਾਂ ਕਿਉਂ ਜਾਣਗੇ ਖਾਲਸਾ ਸਕੂਲ 35 ਸਕੂਲ ਨੇ ਪ੍ਰਬੰਧਕ ਕਮੇਟੀ ਦੇ ਬੰਦ ਪਏ ਨੇ ਉਹਨਾਂ ਦੇ ਚੱਲ ਰਹੇ ਨੇ ਪ੍ਰਬੰਧਕ ਕਮੇਟੀ ਦੇ ਪਿੱਛੇ 1500 ਕਰੋੜ ਦਾ ਬਜਟ ਹੈ ਉਹਨਾਂ ਦੇ ਪਿੱਛੇ ਗਿਰ ਜਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਚ ਬੰਦ ਪਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਕੀਤੇ ਵਾਅਦੇ ਦੇ ਮੁਤਾਬਿਕ ਰਾਜਵਾਨਾ ਦੀ ਭੈਣ ਬੀਬੀ ਕਮਲਜੀਤ ਕਰਨ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲਚਲ ਵੀ ਦੱਸਿਆ ਜਾਂ ਕਿ ਰਾਜਵਾਨਾ ਦਾ ਹਾਲਚਲ ਦੱਸਿਆ ਰਾਜਵਾਨਾ ਦੇ ਜੇਲ੍ਹ ਵਿੱਚ ਰੋਜ਼ਾਨਾ ਜੀਵਨ ਦੇ ਕਾਰਵਿਹਾਰ ਦੀ ਜਾਣਕਾਰੀ ਵੀ ਦਿੱਤੀ ਮਜੀਠੀਆ ਨੇ ਇਹ ਵੀ ਦੱਸਿਆ ਕਿ ਭਾਈ ਸਾਹਿਬ ਦੇ ਵਿੱਚ ਇੰਨੀ ਕਿ ਇਨਸਾਨੀਅਤ ਹੈ ਕਿ ਉਹ ਅਕਸਰ ਪਸ਼ੂ ਪੰਛੀਾਂ ਦੇ ਨਾਲ ਵੀ ਗੱਲਾਂ ਕਰਦੇ ਰਹਿੰਦੇ ਨੇ ਉਹਨਾਂ ਕਿਹਾ ਕਿ ਭਾਈ ਸਾਹਿਬ ਦੇ ਮੰਨ ਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਟਾਇ ਜਾਣ ਦਾ ਡੂੰਗਾ ਅਸਰ ਪਿਆ ਸੀ ਉਹਨਾਂ ਦੇ ਲਈ ਅਸਹਿਣ ਯੋਗ ਸੀ ਤੇ ਇਸ ਸਾਰੀ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਅੰਤਰਰਾਸ਼ਟਰੀ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੋੜ ਤੋਂ ਮੰਗ ਕੀਤੀ ਤੇ ਕਿਹਾ ਕਿ ਜੇ ਰਾਜੀਵ ਗਾਂਧੀ ਦੇ ਕਾਤਲ ਰਿਹਾ ਹੋ ਸਕਦੇ ਨੇ ਤਾਂ ਆਪਣੀ ਦੁੱਗਣੀ ਸਜ਼ਾ ਭੁਗਤ ਚੁੱਕੇ ਬੰਦੀ ਸਿੰਘ ਵੀ ਰਿਹਾ ਹੋਣੇ ਚਾਹੀਦੇ ਨੇ ਨੂੰ ਲੱਗਿਆ ਤੇ ਭਾਈ ਸਾਹਿਬ ਨੂੰ ਮੈਂ ਪਕਸ਼ੀਆਂ ਨਾਲ ਉੱਥੇ ਜੋ ਗੈਲਰੀ ਸੀ ਉਹਦੇ ਨਾਲ ਜਿਹੜਾ ਵੀ ਜਾਨਵਰ ਸੀ ਚਾ ਕੋ ਬਾਂਦਰ ਸੀ ਕੋਈ ਸੀ ਹਰੇਕ ਨਾਲ ਗੱਲ ਕਰਦੇ ਵੇਖਿਆ ਉਹਨਾਂ ਦੀ ਇਨਸਾਨੀਅਤ ਇਨਸਾਨਾਂ ਪ੍ਰਤੀ ਨਹੀਂ ਹਰ ਜੀ ਜੰਤ ਜੋ ਪਰਮਾਤਮਾ ਦਾ ਬਣਾਇਆ ਹੈ ਜਿੱਚ ਸਾਸ ਨੇ ਸਵਾਸ ਨੇ ਉਹਦੇ ਨਾਲ ਗੱਲ ਕਰਦੇ ਮੈਂ ਵੇਖਿਆ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੋਟੀਆਂ ਦਾਣੇ ਪਾਣੀ ਹਰੇਕ ਪ੍ਰਾਣੀ ਆਸਤੇ ਉਹ ਪਾਉਂਦੇ ਸਨ ਮਜੀਠੀਆ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਰਾ ਵਿੱਚ ਕੇਜਰੀਵਾਲ ਨੂੰ ਰੋੜਾ ਦੱਸਦਿਆਂ ਐਸਵਾਈਐਲ ਦੇ ਮੁੱਦੇ ਤੇ ਵੀ ਕੇਜਰੀਵਾਲ ਨੂੰ ਘੇਰਿਆ ਭਾਜਪਾ ਦੇ ਨਾਲ ਪਾਰਟੀ ਦੇ ਗੱਟਜੋੜ ਸੰਬੰਧੀ ਕਿਤੇ ਸਵਾਲ ਨੂੰ ਹਾਲਾਂਕਿ ਮਜੀਠੀਆ ਨੇ ਹੱਸ ਕੇ ਟਾਲ ਦਿੱਤਾ ਕੌਣ ਨਹੀਂ ਸਾਈਨ ਕਰ ਰਿਹਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਫਾਈਲ ਕੇਜਰੀਵਾਲ ਔਰ ਅਨਮੋਲ ਰਤਨ ਸਿੱਧੂ ਨੂੰ ਬਦਲਿਆ ਕਿਉਂ ਕਿ ਹਾਈ ਕੋਰਟ ਤੋਂ ਨੇ ਐਫੀਡੇਵਿਟ ਦਿੱਤਾ ਕਿ ਜਿਹੜੀ ਪ੍ਰੋਫੈਸਰ ਸਾਹਿਬ ਦੀ ਰਿਹਾਈ ਹੈ ਤਾਂ ਦਿੱਲੀ ਦੀ ਸਰਕਾਰ ਨੇ ਕਰਦੀ ਉਹ ਨਹੀਂ ਕਰਦੀ ਪੰਜਾਬ ਸਰਕਾਰ ਹਾਲਾਂਕਿ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਗਾਤਾਰ ਦਾਅਵੇ ਕਰ ਰਹੀ ਹੈ ਪਰ ਜਿੱਥੇ ਹਾਈ ਕੋਰਟ ਦੇ ਵਿੱਚ ਬੀਐਸਐਫ ਤੇ ਭਾਰਤੀ ਫੌਜ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲੀ ਹੈ ਉੱਥੇ ਹੀ ਲਾਈਵ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਮਾਲਵਾ ਖੇਤੇ ਦੇ ਬਠਿੰਡਾ ਇਲਾਕੇ ਨੇੜਲੇ ਪਿੰਡ ਮੋੜ ਚਰਤ ਸਿੰਘ ਦਾ ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਸੁਖਵੀਰ ਮੈਸਰ ਖਾਨਾ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮਾਮਲਾ ਵੀਰਵਾਰ ਰਾਤ ਦਾ ਦੱਸਿਆ ਜਾ ਰਿਹਾ ਜਦੋਂ ਬਠਿੰਡਾ ਤੋਂ ਆ ਰਹੇ ਆਪ ਐਮਐਲਏ ਸੁਖਵੀਰ ਮੈਸਰ ਖਾਨਾ ਨੇ ਆਪਣੀ ਗੱਡੀ ਮੂਰੇ ਜਾ ਰਹੀ ਕਰੇਤੇ ਦੀ ਟਰਾਲੀ ਦਾ ਪ ਪੁਲਿਸ ਨੂੰ ਫੋਨ ਕੀਤਾ ਪੁਲਿਸ ਤਾਂ ਨਹੀਂ ਪਹੁੰਚੀ ਪਰ ਆਪ ਵਿਧਾਇਕ ਨੇ ਦਾਵਾ ਕੀਤਾ ਕਿ ਉਹਨਾਂ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਜ਼ਿਲ੍ਹੇ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਤਾਂ ਪ੍ਰਸ਼ਾਸਨ ਨੇ ਤਿੰਨ ਵਿਅਕਤੀਆਂ ਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉੱਚੀਆਂ ਜ਼ਮੀਨਾਂ ਨੂੰ ਲੈਵਲ ਕਰਨ ਦੇ ਲਈ ਅਕਸਰ ਕਿਸਾਨ ਇੱਥੇ ਮਿੱਟੀ ਪਾਟਦੇ ਰਹਿੰਦੇ ਨੇ ਮਾਈਨਿੰਗ ਵਾਲੀ ਕੋਈ ਗੱਲ ਨਹੀਂ ਹੈ ਕਿਸਾਨ ਜਥੇਬੰਦੀਆਂ ਵੀ ਇਹਨਾਂ ਕਿਸਾਨਾਂ ਦੀ ਹਮਾਇਤ ਵਿੱਚ ਉੱਤਰੀਆਂ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਵੀ ਮਾਈਨਿੰਗ ਮਸਲੇ ਤੇ ਸਰਕਾਰ ਤੇ ਵਰਦਿਆ ਹੈ ਕਿ ਪਹਿਲੀ ਵਾਰੀ ਹੋ ਰਿਹਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕੇ ਦੇਸ਼ ਦੀ ਫੌਜ ਨੂੰ ਅੱਗੇ ਆ ਕੇ ਬੋਲਣਾ ਪੈ ਰਿਹਾ ਹੈ ਮੌਜੂਦਾ ਸਰਕਾਰ ਕਹਿੰਦੇ ਹਰ ਮਸਲੇ ਤੇ ਘਿਰ ਰਹੀ ਹੈ ਪੰਜਾਬ ਦੇ ਵਿੱਚ ਉਸਾਰੇ ਦਾ ਕੰਮ ਕਾਫੀ ਮਹਿੰਗਾ ਹੋ ਰਿਹਾ ਤੇ ਕਾਂਗਰਸ ਲੀਡਰ ਸੁਖਪਾਲ ਖੈਰਾ ਨੇ ਵੀ ਟਵੀਟ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਨੇ S Y L ਦੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਅਕਾਲੀ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਗੰਭੀਰ ਇਲਜ਼ਾਮ ਲਾਇਆ ਉਹਨਾਂ ਕਿਹਾ ਕਿ S Y L ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਆਪਣਾ ਪੱਖ ਪੇਸ਼ ਕਰਨ ਦੇ ਲਈ ਕਿਸੇ ਏ ਜੀ ਨੂੰ ਉੱਥੇ ਪੇਸ਼ੀ ਦਰਾਂਨ ਨਹੀਂ ਭੇਜਿਆ ਰਾਈਪੇਰੀਅਨ ਕਾਨੂੰਨ ਦੇ ਤਹਿਤ ਵੀ ਪੰਜਾਬ ਦੇ ਦਰਿਆਵਾਂ ਤੇ ਸਿਰਫ ਪੰਜਾਬ ਦੀ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ ਉਹਨਾਂ ਇਸ ਮਸਲੇ ਤੇ ਤਤਕਾਲੀ ਕਾਂਗਰਸ ਸਰਕਾਰ ਨੂੰ ਵੀ ਦੋਸ਼ੀ ਠਹਿਰਾਇਆ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਬਹਿ ਕੇ ਮਸਲਾ ਨਿਬੇੜਨ ਦੇ ਹੁਕਮ ਦਾ ਸਵਾਗਤ ਕਰਦੇ ਹਾਂ ਪਰ ਮੰਗ ਵੀ ਕੀਤੀ ਉਹਨਾਂ ਨੇ ਕਿ ਪੰਜਾਬ ਦੇ ਹਿਤਾ ਨੂੰ ਜ਼ਰੂਰ ਧਿਆਨ ਚ ਰੱਖਿਆ ਜਾਵੇ ਮਸਲਾ ਨਿਬੇੜਨ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਸਪਸ਼ਟ ਮਤਲਬ ਇਹ ਕੇਜਰੀਆਲ ਦੇ ਦਬਾਅ ਹੇਠ ਆ ਕੇ ਜਾਏ ਕਹਿ ਲੋਗੇ ਕੇਜਰੀਆਲ ਦੇ ਰਾਸੇ ਹਿੱਤ ਪੂਰਨ ਲਈ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵਿੱਚ ਜਿਹੜੀ ਪੇਸ਼ੀ ਹੋਈ ਆ ਉਹਦੇ ਵਿੱਚ ਕੋਈ ਵੀ ਸੀਨੀਅਰ ਵਕੀਲ ਅਰੇਂਜ ਨਹੀਂ ਕੀਤਾ ਅੱਜ ਤੱਕ ਦਾ ਇਤਿਹਾਸ ਆ ਕਿ ਹਮੇਸ਼ਾ ਐਸਵੀਐਲ ਦੇ ਮੁੱਦੇ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸੀਨੀਅਰ ਵਕੀਲ ਅਰੇਂਜ ਕੀਤੇ ਸਾਲਵੇ ਵਰਗੇ ਕੀਤੇ ਸ਼ਰਾਬ ਜੀ ਵਰਗੇ ਕੀਤੇ ਭਾਵੇਂ ਬਾਦਲ ਸਾਹਿਬ ਦਾ ਰਾਜ ਸੀ ਭਾਵੇਂ ਕੈਪਟਨ ਮਰਿੰਦਰ ਸਿੰਘ ਦਾ ਰਾਜ ਸੀ ਪਹਿਲੀ ਵਾਰੀ ਆ ਵੀ ਇਸ ਪੈਸੇਟੇ ਸੁਪਰੀਮ ਕੋਰਟ ਦਾ ਇੱਕ ਵੀ ਸੀਨੀਅਰ ਵਕੀਲ ਰੇਂਜ ਨਹੀਂ ਕੀਤਾ ਗਿਆ ਚੰਦੂ ਮਾਜਰਾ ਨੇ ਪੰਜਾਬ ਦੇ ਸਾਬਕਾ ਮੰਤਰੀ ਦਰਬਾਰਾ ਸਿੰਘ ਗੁਰੂ ਦਾ ਜ਼ਿਕਰ ਕਰਦਿਆਂ ਸੀਐਮ ਮਾਨ ਨੂੰ ਅਗਾਹ ਵੀ ਕੀਤਾ ਕਿ ਕਿਤੇ ਮਾਨ ਵੀ ਹੁਣ ਕੇਜਰੀਵਾਲ ਦੇ ਦਬਾਅ ਚ ਆ ਕੇ ਗੁਰੂ ਵਾਲੀ ਗਲਤੀ ਨਾ ਦੁਹਰਾਉਣ ਉਹਨਾਂ ਮਾਨ ਨੂੰ ਐਸਵਾਈਐਲ ਸੰਬੰਧੀ ਆਪਣਾ ਸਟੈਂਡ ਸਪਸ਼ਟ ਕਰਨ ਦੀ ਅਪੀਲ ਕੀਤੀ ਤੇ ਨਾਲੇ ਚੇਤਾਵਨੀ ਵੀ ਦਿੱਤੀ ਕਿ ਜੇ ਮੁੱਖ ਮੰਤਰੀ ਮਾਨ ਨੇ ਇਸ ਮੁੱਦੇ ਤੇ ਸਰਪਾਰਟੀ ਮੀਟਿੰਗ ਨਾ ਸੱਦੀ ਜਾਂ ਫਿਰ ਆਪਣਾ ਸਟੈਂਡ ਸਪਸ਼ਟ ਨਾ ਕੀਤਾ ਤਾਂ ਆਮ ਆਕਾਲੀ ਦਲ ਜਾਗੋ ਪੰਜਾਬ ਮੁਹਿੰਮ ਸ਼ੁਰੂ ਕਰੇਗਾ ਤਾਂ ਜੋ ਪੰਜਾਬੀਆਂ ਨੂੰ ਜਾਗਰੂਕ ਕੀਤਾ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਨੂੰ ਹਾਈਜੈਕ ਕਰ ਲਿਆ ਮੁੱਖ ਮੰਤਰੀ ਪੰਜਾਬ ਮਤਲਬ ਵਾਦਾ ਮਾਫੀ ਗਵਾ ਬਣ ਗਏ ਕੇਜਰੀਆਲ ਸਾਹਿਬ ਦੀ ਅਧਿਨਗੀ ਹੇਠ ਆ ਕੇ ਔਰ ਇਸ ਗੱਲ ਦਾ ਅਫਸੋਸ ਆ ਕਿ ਹਰਿਆਣੇ ਦੇ ਆਪ ਪਾਰਟੀ ਦੇ ਪਰਿਵਾਰੀ ਨੇ ਜਿਹੜੇ ਸ਼ੀਰ ਗੁਪਤਾ ਜੀ ਮੈਂਬਰ ਰਾਜ ਸਭਾ ਜਿਨ੍ਹਾਂ ਨੇ ਸ਼ਰੇਆਮ ਪੰਜਾਬ ਦੇ ਪਾਣੀ ਹਰਿਆਣੇ ਨੂੰ ਦੇਣ ਦੀ ਵਕਾਲਤ ਕੀਤੀ ਖੁੱਲ੍ਹਿਆ ਇੱਕ ਵਾਰੀ ਨਹੀਂ अनेका ਵਾਰ ਉਹਨਾਂ ਦੇ ਹਾਂ ਵਿੱਚ ਹਾਂ ਮਲਾ ਕੇ ਉਹਨਾਂ ਦੇ ਪੈਰ ਵਿੱਚ ਪੈਰ ਧਰ ਕੇ ਮੈਂ ਸਮਝਦਾ ਕਿ ਸਾਬਕ ਗਵਰ ਸਿੰਘ ਮਾਨ ਹੋਰਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਪੰਜਾਬ ਪੰਜਾਬੀਆਂ ਦਾ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ ਜਿਨ੍ਹਾਂ ਨੇ ਅਕਾਲੀ ਦਲ ਦੇ ਐਸ.ਵਾਈ.ਐਲ ਬਾਰੇ ਕੀਤੇ ਸੰਘਰਸ਼ ਦਾ ਜ਼ਿਕਰ ਕੀਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜriwal ਅਤੇ ਮਾਨ ਦੇ ਆਦਮਪੁਰ ਹਰਿਆਣਾ ਦੀ ਫੇਰੀ ਦੌਰਾਨ ਐਸ.ਵਾਈ.ਐਲ ਦੀ ਵਕਾਲਤ ਕਰਨ ਵਾਲੇ ਲੀਡਰ ਸੁਸ਼ੀਲ ਗੁਪਤਾ ਦੇ ਨਾਲ ਗੱਡੀ 'ਚ ਬਹਿ ਕੇ ਦੋਵਾਂ ਨੂੰ ਪ੍ਰਚਾਰ ਕਰਨ ਤੇ ਵੀ ਘੇਰਿਆ ਮੁੱਖ ਮੰਤਰੀ ਸਾਹਿਬ ਆਦਮਪੁਰ ਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਸਵਾਰ ਸੀ ਉਹਦੇ ਇੱਕ ਪਾਸੇ ਸੁਸ਼ੀਲ ਗੁਪਤਾ ਜੀ ਸੀ ਦੂਜੇ ਪਾਸੇ ਉਹਦੇ ਕੇਤਰੀਵਾਲ ਸਾਹਿਬ ਸੀ ਹੁਣ ਦੱਸੋ ਪੰਜਾਬ ਕਿਹੜੇ ਖੂਹ ਦੇ ਵਿੱਚ ਪਵੇ ਜਿੰਨੇ ਜਾ ਕੇ ਸਟੈਂਡ ਲੈਣਾ ਪੰਜਾਬ ਵਾਸਤੇ ਉਹ ਉੱਥੇ ਗੁਫਤੇ ਦੇ ਨਾਲ ਖੜਾ ਤੁਸੀਂ ਹਰਿਆਣੇ ਦੇ ਲੋਕਾਂ ਨੂੰ ਕੱਲ ਕੀ ਦੱਸ ਰਹੇ ਸੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਕੱਲ ਵੀ ਪੁੱਛਿਆ ਸੀ ਅੱਜ ਵੀ ਮੈਂ ਤੁਹਾਡੇ ਨੂੰ ਪੁੱਛਦਾ ਵੀ ਉਹ ਤਾਂ ਗਰੰਟੀ ਦਿੱਤੀ ਹੈ ਉਹਨੇ ਲੋਕਾਂ ਨੂੰ ਕਿ ਸਾਨੂੰ ਦਿਤਾਓ ਤੇ ਅਸੀਂ ਜਿਹੜਾ ਹੈਗਾ ਤੁਹਾਡੀਆਂ ਖੇਤਾਂ ਦੇ ਵਿੱਚ ਐਸਬੀਐਲ ਦਾ ਪਾਣੀ ਪੋਰਾਂਗੇ ਉਹਨੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਤੁਹਾਨੂੰ ਨਾਲ ਚੜਾ ਲਿਆ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਐਸਓਐਲ ਦੇ ਮਸਲੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਪਰ ਅੰਦਾਜ਼ ਬੜਾ ਵੱਖਰਾ ਹੈ ਦਰਅਸਲ ਸੁਖਬੀਰ ਬਾਦਲ ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਨੂੰ ਟੈਕਨੀਕਲ ਭਾਸ਼ਾ ਦੇ ਵਿੱਚ ਸੋਸ਼ਲ ਮੀਡੀਆ ਦੀ ਭਾਸ਼ਾ ਦੇ ਵਿੱਚ ਰੀਲ ਕਿਹਾ ਜਾਂਦਾ ਹੈ ਉਸ ਰੀਲ ਦੇ ਵਿੱਚ ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਵਿੱਚੋਂ ਐਸਵਾਈਐਲ ਨਹਿਰ ਨਹੀਂ ਨਿਕਲ ਸਕਦੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਹੈ ਭਾਵੇਂ ਸਾਡੀਆਂ ਜਾਨਾਂ ਚਲੀਆਂ ਜਾਣ ਤੇ ਉਸ ਤੋਂ ਬਾਅਦ ਜਿਹੜਾ ਸੁਖਬੀਰ ਦਾ ਸਟਾਈਲ ਸਾਹਮਣੇ ਆਉਂਦਾ ਹੈ ਉਹ ਸਿੱਧੂ ਮੂਸੇਵਾਲਾ ਸਟਾਈਲ ਹੈ ਸਿੱਧੂ ਮੂਸੇਵਾਲੇ ਦਾ ਗਾਣਾ ਚੱਲਦਾ ਹੈ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਤੇ ਸੁਬੀਰ ਬਾਦਲ ਦੇ ਸ਼ਾਰਟਸ ਨੇ ਜਿਹੜੇ ਉਹ ਦਿਖਾਏ ਜਾਂਦੇ ਨੇ ਪੰਜਾਬ ਸਰਕਾਰ ਨੇ ਭਾਵੇਂ 7 ਤੇ 8 ਸਤੰਬਰ ਨੂੰ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖਾਹਾਂ ਪਾ ਦਿਤੀਆਂ ਨੇ ਪਰ ਫਿਰ ਵੀ ਮੁਲਾਜ਼ਮ ਭੜਕੇ ਪਏ ਨੇ ਸੁਭ ਦੇ ਮੁਲਾਜ਼ਮਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਨਵੀਂ ਸਰਕਾਰ ਖਿਲਾਫ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ ਕਾਮਨ EMPLOYEES FORUM PUNJAB ਅਤੇ UT ਦੇ ਬੈਨਰ ਹੇਠ ਪੰਜਾਬ ਸਰਕਾਰ ਦੇ ਮੁਲਾਜ਼ਮ 14 ਸਤੰਬਰ ਨੂੰ ਸੈਕਟਰ 17 ਚੰਡੀਗੜ੍ਹ ਵੱਡੀ ਰੈਲੀ ਕਰਨਗੇ ਕਲਮ ਛੱਡੋ ਹੜਤਾਲ ਵਰਗਾ ਫੈਸਲਾ ਵੀ ਲਿਆ ਜਾ ਸਕਦਾ ਹੈ ਮਸਲਾ ਹੈ ਕਿ ਆਮ ਸਰਕਾਰ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹਾਲੇ ਤੱਕ ਇੱਕ ਵੀ ਕਦਮ ਨਹੀਂ ਚੁੱਕਿਆ ਗਿਆ ਤੇ ਹੁਣ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੇ ਵਿੱਚ ਵੀ ਦੇਰੀ ਹੁੰਦੀ ਰਹਿੰਦੀ ਹੈ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਈਡੀ ਦੇ ਸ਼ਿਕੰਜੇ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਇਸੇ ਦਰਮਿਆਨ ਪੰਜਾਬ ਕਾਂਗਰਸ ਦੇ ਇੱਕ ਨੌਜਵਾਨ ਲੀਡਰ ਸਮੀਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਹੋਰ ਵੱਡੇ ਇਲਜ਼ਾਮ ਲਾ ਦਿੱਤੇ ਨੇ ਕਾਂਗਰਸ ਲੀਡਰ ਸਮੀਤ ਮਾਨ ਨੇ ਹਲਕਾ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਵਾਜਰਾ ਤੇ 52 ਕਰੋੜ ਦਾ ਕਰਜ਼ਾ ਨਾ ਮੋੜਨ ਦਾ ਦੋਸ਼ ਲਾਇਆ ਹੈ ਮਾਨ ਨੇ ਹਲਕਾ ਅਮਰਗੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਗੱਜਣਵਾਜਰਾ ਅਮਾਜਰਾ ਦੇ ਖਿਲਾਫ ਚੋਣ ਲੜੀ ਸੀ ਤੇ ਇਸੇ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਵੀ ਚੋਣ ਲੜੇ ਸਨ ਸਮੀਤ ਸਿੰਘ ਨੇ ਡੈਬਿਟ ਰਿਕਵਰੀ ਟ੍ਰਿਬਿਊਨਲ ਦੇ ਫੈਸਲੇ ਦੀਆਂ ਕਾਪੀਆਂ ਦਿਖਾਉਂਦੇ ਆ ਗੱਜਣਵਾਜਰਾ ਨੂੰ ਕਰਜ਼ਾ ਨਾ ਮੋੜਨ ਦਾ ਦੋਸ਼ੀ ਠਹਿਰਾਇਆ ਉਹਨਾਂ ਕਿਹਾ ਕਿ ਵਿਧਾਇਕ ਗੱਜਣਵਾਜਰਾ ਦੇ ਘਰੇ ਪੈ ਰਹੇ ਛਾਪਿਆਂ ਦਾ ਸਬੰਧ ਬੈਂਕ ਨਾਲ ਜੋੜ ਕੇ ਦੇਖਿਆ ਜਾਣਾ ਬਣਦਾ ਹੈ ਸੁਮਿਤ ਨੇ ਦੋਸ਼ ਲਾਇਆ ਕਿ ਗੱਜਣ ਮਾਜਰਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਟਿਕਟ ਪੈਸੇ ਦੇ ਕੇ ਖਰੀਦੀ ਸੀ ਅੱਜ ਤੱਕ ਕਿ ਉਹਨਾਂ ਨੇ ਕਾਂਗਰਸ ਨੂੰ ਹਰਾਉਣ ਦੇ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਰਲੇ ਹੋਣ ਦਾ ਦੋਸ਼ ਵੀ ਲਾਇਆ ਤੇ ਕਿਹਾ ਕਿ ਦੋਵੇਂ ਪਾਰਟੀਆਂ ਕਾਰਪੋਰੇਟ ਘਰਾਣਿਆਂ ਦੀ ਪਿੱਠ ਉੱਤੇ ਖੜੀਆਂ ਨੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਈ ਦੁੱਧ ਤੋਤੇ ਨਹੀਂ ਹਨ ਤੇ ਨਾ ਹੀ ਮੌਜੂਦਾ ਪੰਜਾਬ ਸਰਕਾਰ ਸੂਬੇ ਨੂੰ ਆਰਥਿਕ ਪੱਖੋਂ ਪੈਰਾਂ ਤੇ ਖੜੀ ਕਰਨ ਦੇ ਸਮਰੱਥ ਹੈ ਕਿਉਂਕਿ ਕ੍ਰਪਸ਼ਨ ਦੇ ਖਿਲਾਫ ਨਾਹਰਾ ਲੈ ਕੇ ਆਈ ਆਮ ਆਦਮੀ ਪਾਰਟੀ ਕ੍ਰਪਸ਼ਨ ਦੇ ਵਿੱਚ ਹੀ ਲਿਪਤ ਹੋ ਕੇ ਰਹਿ ਗਈ ਹੈ ਕਿ 2 ਪੰਜ ਫਰਵਰੀ 2019 ਨੂੰ ਕਿ 52 ਕਰੋੜ ਦਾ ਬੈਂਕ ਆਫ ਇੰਡੀਆ ਤੋਂ ਲੈਤਾ ਲੋਨ ਨਾਲ ਉਹਦੇ 13% ਦਾ ਇੰਟਰਸਟ ਇਹ ਵਾਪਸ ਨਹੀਂ ਮੋੜ ਰਿਹਾ 52 ਕਰੋੜ 54 ਕਰੋੜ ਦਾ 2020 ਵਿੱਚ ਇਹ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਜਿਹੜੀ ਆਮ ਆਦਮੀ ਪਾਰਟੀ ਗੱਲ ਕਰ ਰਹੀ ਹੈ ਵਿਨਡੈਟਾ ਦੀ ਜਾਇ ਕਹਿਣ ਦੇ ਦੀ ਸਾਡੇ ਐਮਰ ਨਾਲ ੱਟਾ ਹੋ ਰਿਹਾ ਜਾਂ ਕੋਈ ਏਜੰਸੀਆਂ ੱਟਾ ਕਰ ਰਹੀਆਂ ਨੇ ਇਹ ਜਜਮੈਂਟ ਉਹਨਾਂ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਦੀ ਜਿਸ ਤੇ ਕਾਰਵਾਈ ਹੋ ਰਹੀ ਹੈ ਤੇ ਇਸ ਦੇ ਨਾਲ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਜਿਸ ਤਰ੍ਹਾਂ ਕੇਂਦਰ ਸਰਕਾਰ ਪੂੰਜੀਪਤੀਆਂ ਦਾ 8 ਕਰੋੜ ਰੁਪਏ ਮਾਫ ਕਰਦੀ ਹੈ ਉਵੇਂ ਆਮ ਆਦਮੀ ਪਾਰਟੀ ਵੀ ਆਪਣੇ ਐਮਐਲਏ ਦਾ ਬੰਜਾ ਰੋੜ੍ਹਵੇ ਆਪਜੀ ਵਧੀ ਦਾ ਮਾਫ ਕਰਾਉਣ ਫਿਰਦੀ ਹੈ ਕਿਉਂ ਜੋ ਗੁੜਾ ਹੈ ਪਾਰਟੀ ਮੰਡ ਨੂੰ ਆਜੇ ਤੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇਣ ਵਾਸਤੇ ਆ ਪਿਛਲੇ ਦਿਨੀ 1000 ਕਰੋੜ ਰੁਪਏ ਫਿਰ ਆਰਧਿਆ ਤੋਂ ਨੋਰ ਲੱਤੇ ਹਨ ਕਿ ਇਹ ਪਾਰਟੀ ਜਦੋਂ ਸਰਕਾਰ ਵਿੱਚ ਆਣ ਆਈ ਸੀ ਆਣੀ ਸੀ ਉਸ ਤੋਂ ਪਹਿਲਾਂ ਮੈਨੂੰ ਦੋ ਗੱਲਾਂ ਮੇਰੇ ਦਿਲ ਵਿੱਚ ਵਿੱਚ ਜਿਆ ਯਾਦ ਰਹਿ ਗਈਆਂ ਜੋ ਪੰਜਾਬ ਦੇ ਮੇਲਾ ਦਾ ਜਵਾਨੀ ਕਦੇ ਨਹੀਂ ਭੁੱਲ ਸਕਦੀ

ਜਰਕੇ ਈਡੀ ਦੇ ਛਾਪਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਗੱਜਣ ਮਾਜਰਾ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਸਿਆਸੀ ਬਦਲਾਖੋਰੀ ਦੇ ਤਹਿਤ ਕੀਤੀ ਜਾ ਰਹੀ ਹੈ ਉਹਨਾਂ ਫਿਰ ਕਿਹਾ ਕਿ ਤਾਰਾ ਗਰੁੱਪ ਆਫ ਕੰਪਨੀਆਂ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਾਫੀ ਸਾਲ ਪਹਿਲਾਂ ਹੀ ਤਾਰਾ ਗਰੁੱਪ ਆਫ ਕੰਪਨੀਆਂ ਦੇ ਵਖਵਾ ਕਹਦਿਆਂ ਤੋਂ ਅਸਤੀਫੇ ਦੇ ਚੁੱਕੇ ਨੇ ਉਹਨਾਂ ਦਾਵਾ ਕੀਤਾ ਕਿ ਸਾਰਾ ਕੁਝ ਸਿਆਸੀ ਬਦਲਾਖੋਰੀ ਤਹਿਤ ਮੇਰਾ ਅਕਸ ਖਰਾਬ ਕਰਨ ਦੇ ਲਈ ਕੀਤਾ ਗਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੌਜੂਦਾ ਸਰਕਾਰ ਨੂੰ ਇੱਕ ਨਵੇਂ ਮਸਲੇ ਤੇ ਘੇਰਿਆ ਹੈ ਵੜਿੰਗ ਨੇ ਦਵਾਈਆਂ ਖਤਮ ਹੋਣ ਦੇ ਮਸਲੇ ਨੂੰ ਉਭਾਰਦਿਆਂ ਕਿਹਾ ਹੈ ਕਿ ਇੱਕ ਖੋਲ ਕੇ ਮਾਨ ਸਰਕਾਰ ਸੇਧ ਸੇਵਾਵਾਂ ਦਾ ਢਾਂਚਾ ਠੈ ਟੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜਿਸ ਕਰਕੇ ਮਰੀਜ਼ ਪਰੇਸ਼ਾਨ ਹੋ ਰਹੇ ਨੇ ਰਾਜਾ ਵੜਿੰਗ ਨੇ ਇੱਕ ਅਖਬਾਰ ਦੀ ਖਬਰ ਸਾਂਝੀ ਕਰਦਿਆਂ ਦੱਸਿਆ ਕਿ ਮਾਲਵਾ ਦੇ ਮੰਨੇ ਪਰਮੰਨੇ ਪਟਿਆਲਾ ਸਥਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਮੈਡੀਕਲ ਸੇਵਾਵਾਂ ਆਖਰੀ ਸਾਹਾਂ ਤੇ ਨੇ ਉਹਨਾਂ ਦਾਅਵਾ ਕੀਤਾ ਕਿ ਹਸਪਤਾਲ ਨੂੰ ਪਿਛਲੇ 2 ਮਹੀਨਿਆਂ ਤੋਂ ਦਵਾਈਆਂ ਦੀ ਸਪਲਾਈ ਬਿਲਕੁਲ ਬੰਦ ਹੈ ਹਸਪਤਾਲ ਦੇ ਸੁਪਰ ਸਪੈਸ਼ੈਲਿਟੀ ਬਲਾਕ ਦੇ ਵਿੱਚ ਜ਼ਿਆਦਾਤਰ ਵਿਭਾਗਾਂ ਦੇ ਵਿੱਚ ਮਾਹਿਰ ਨਹੀਂ ਹਨੇ ਇਸ ਕਰਕੇ ਮਰੀਜ਼ਾਂ ਦੀ ਜਾਂਚ ਦਾ ਕੰਮ ਵੀ ਬੰਦ ਹੈ ਇਹ ਸਾਰਾ ਕੁਝ ਖਬਰ ਦੇ ਵਿੱਚ ਲਿਖਿਆ ਹੋਇਆ ਤੇ ਇਸ ਖਬਰ ਦੇ ਸਹਾਰੇ ਵੜਿੰਗ ਨੇ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਤੇ ਇਹ ਨਿਸ਼ਾਨਾ ਉਸ ਕਰਕੇ ਵੀ ਜ਼ਿਆਦਾ ਤਿੱਖਾ ਹੋ ਜਾਂਦਾ ਹੈ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਪਟਿਆਲਾ ਦੇ ਰਜendra ਹਸਪਤਾਲ ਪਹੁੰਚੇ ਸਨ ਤੇ ਉਹਨਾਂ ਨੇ ਦਾਵਾ ਕੀਤਾ ਸੀ ਕਿ ਇਹੋ ਜੇ ਵਧੀਆ ਪ੍ਰਬੰਧ ਇੱਥੇ ਕਰ ਦਿਆਂਗੇ ਕਿ ਵਿਦੇਸ਼ੀ ਲੋਕ ਵੀ ਇਸ ਹਸਪਤਾਲ ਦੇ ਵਿੱਚ ਆ ਕੇ ਇਲਾਜ ਕਰਵਾਇਆ ਕਰਨਗੇ ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਨੂੰ ਇੱਕ ਵਾਰੀ ਫਿਰ ਤੋਂ ਅਲਰਟ ਜਾਰੀ ਕੀਤਾ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰ ਕੋਈ ਵੱਡੀ ਵਾਰਦਾਤ ਕਰ ਸਕਦੇ ਨੇ ਏਜੰਸੀਆਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਨਪੁਟ ਭੇਜਿਆ ਹੈ ਤੇ ਪਿਛਲੇ 2 ਮਹੀਨਿਆਂ ਦੇ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ NIA ਦੇ ਵੱਲੋਂ ਪੰਜਾਬ ਪੁਲਿਸ ਨੂੰ ਭੇਜਿਆ ਗਿਆ ਇਹ ਚੌਥਾ ਇਨਪੁਟ ਹੈ ਸੂਤਰਾਂ ਮੁਤਾਬਕ ਇਨਪੁਟ ਦੇ ਵਿੱਚ ਕਿਹਾ ਗਿਆ ਕਿ ਬੰਬੀਹਾ ਗੈਂਗ ਪੰਜਾਬ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਹੈ ਇਸ ਕਰਕੇ ਪੰਜਾਬ ਪੁਲਿਸ ਨੂੰ ਚੌਕਸ ਰਹਿਣਾ ਚਾਹੀਦਾ ਹੈ ਦਰਅਸਲ ਬੰਬੀਹਾ ਗੈਂਗ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲੈਣ ਲਈ ਮੂਸੇਵਾਲੇ ਦੇ ਕਾਤਲਾਂ ਨੂੰ ਸੋਸ਼ਲ ਮੀਡੀਆ ਤੇ ਲਗਾਤਾਰ ਟੰਕੀਆਂ ਦੇ ਰਿਹਾ ਤੇ ਮੂਸੇਵਾਲੇ ਦੇ ਕਾਤਲ ਵੀ ਗੈਂਗਸਟਰ ਨੇ ਇਸ ਕਰਕੇ ਕੋਈ ਵੱਡੀ ਗੈਂਗਵਾਰ ਹੋਣ ਦਾ ਖਦਸ਼ਾ ਚਿਤਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਇਤਿਹਾਸਿਕ ਜਲਿਆਂਵਾਲਾ ਬਾਗ ਦੇ ਨਾਲ ਜੁੜੀ ਇੱਕ ਹੋਰ ਵਿਵਾਦਿਤ ਖਬਰ ਹੈ ਜਿੱਥੇ ਕ੍ਰਾਂਤੀਕਾਰੀਆਂ ਤੇ ਮਹਾਨ ਸ਼ਹੀਦਾਂ ਦੇ ਨਾਵਾਂ ਨਾਲ ਛੇੜਛਾੜ ਕੀਤਾ ਗਿਆ ਹੈ ਬਾਗ ਦੀਆਂ ਗੈਲਰੀਆਂ ਦੇ ਵਿੱਚ ਦੇਸ਼ ਤੇ ਖਾਸ ਕਰਕੇ ਅੰਮ੍ਰਿਤਸਰ ਦੇ ਨਾਲ ਸਬੰਧਿਤ ਕ੍ਰਾਂਤੀਕਾਰੀਆਂ ਤੇ ਸ਼ਹੀਦਾਂ ਦੀਆਂ ਲਾਈਆਂ ਤਸਵੀਰਾਂ ਦੇ ਹੇਠਾਂ ਇੱਕ ਪਾਸੇ ਜਿੱਥੇ ਨਾਮ ਗਲਤ ਲਿਖ ਦਿੱਤੇ ਗਏ ਨੇ ਉੱਥੇ ਹੀ ਉਹਨਾਂ ਨਾਲ ਸਬੰਧਿਤ ਜਾਣਕਾਰੀ ਵੀ ਨਹੀਂ ਲਾਈ ਗਈ ਹੈ ਸੈਲਾਨੀ ਤੇ ਬਾਗ ਵਿੱਚ ਪਹੁੰਚਣ ਵਾਲੇ ਯਾਤਰੀ ਕ੍ਰਾਂਤੀਕਾਰੀਆਂ ਦੀ ਪਛਾਣ ਨੂੰ ਲੈ ਕੇ ਹੁਣ ਕਨਫਿਊਜ਼ ਹੋ ਗਏ ਨੇ ਪੁਰਾਤਤਵ ਵਿਭਾਗ ਦੀ ਦੇਖ ਚ ਕਾਇਮ ਕੀਤੀਆਂ ਗੈਲਰੀਆਂ ਦੇ ਵਿੱਚ ਕ੍ਰਾਂਤੀਕਾਰੀਆਂ ਦੇ ਨਾਂ 'ਚ ਵੱਡੀਆਂ ਗਲਤੀਆਂ ਕੀਤੀਆਂ ਗਈਆਂ ਨੇ ਦਰਅਸਲ ਪਿਛਲੇ ਸਮੇਂ ਦੇ ਵਿੱਚ ਜਲਿਆਂਵਾਲੇ ਬਾਗ ਨੂੰ ਮੁੜ ਤੋਂ ਰੈਨੋਵੇਟ ਕੀਤਾ ਗਿਆ ਹੈ ਇਸ ਦੇ ਅੰਦਰ ਸਾਰੇ ਕੰਮ ਨੂੰ ਮੁੜ ਤੋਂ ਕਰਵਾਇਆ ਗਿਆ ਹੈ ਪਿਛਲੇ ਨੂੰ ਢਾਕੇ ਸਾਰਾ ਨਵੇਂ ਸਿਰੇ ਤੋਂ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਖਾਮੀਆਂ ਲਗਾਤਾਰ ਹੀ ਮਿਲ ਰਹੀਆਂ ਨੇ ਸ਼ਹਿਰ ਦੇ ਅੰਮ੍ਰਿਤਸਰ ਸ਼ਹਿਰ ਦੇ ਪ੍ਰਸਿੱਧ ਕ੍ਰਾਂਤੀਕਾਰੀ ਚੌਧਰੀ ਬੱਗਾ ਮਲ ਨੂੰ ਚੌਧਰੀ ਬੱਗਾ ਮਲ ਲਿਖਿਆ ਗਿਆ ਹੈ ਮਹਾਸ਼ਿਆ ਰਤਨ ਚੰਦ ਜੋ ਮਹਾਤਮਾ ਗਾਂਧੀ ਦੇ ਕਰੀਬੀ ਸਨ ਮਹਾਸ਼ਿਆ ਰੱਤੂ ਕਹਿ ਕੇ ਪੁਕਾਰਦੇ ਸੀ ਮਹਾਤਮਾ ਅੰਦੀ ਉਸਦਾ ਨਾਮ ਲਾਲਾ ਰਤਨ ਚੰਦ ਲਿਖ ਦਿੱਤਾ ਜਾਂਦਕਿ ਜਲ੍ਹਾਂ ਵਾਲਾ ਬਾਗ ਦਾ ਬਦਲਾ ਲੈਣ ਵਾਲੇ ਸ਼ਹੀਦ ਉਦਮ ਸਿੰਘ ਦੇ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਥਾਂ ਤੇ ਉਹਨਾਂ ਦਾ ਨਾਮ ਸਿਰਫ ਮੁਹੰਮਦ ਸਿੰਘ ਆਜ਼ਾਦ ਲਿਖ ਦਿੱਤਾ ਗਿਆ ਕੇਂਦਰ ਸਰਕਾਰ ਨੇ ਪ੍ਰਾਂਤ ਵਿਭਾਗ ਦੇ ਜ਼ਰੀਏ ਇੱਕ ਨਿੱਜੀ ਕੰਪਨੀ ਨੂੰ ਜਲੰਧ ਵਾਲਾ ਬਾਗ ਦੇ ਸਾਕੇ ਨੂੰ 100 ਸਾਲ ਪੂਰੇ ਹੋਣ ਤੇ ਨਵੀਨੀਕਰਨ ਕਰਨ ਦਾ ਟੈਂਡਰ ਜਾਰੀ ਕੀਤਾ ਸੀ ਤੇ ਕਰੀਬ 20 ਕਰੋੜ ਦੀ ਲਾਗਤ ਨਾਲ ਇਹ ਨਵੀਨੀਕਰਨ ਕਰਵਾਇਆ ਗਿਆ ਉਸ ਤੋਂ ਬਾਅਦ ਸਾਲ ਪਹਿਲਾਂ ਹੀ ਜਲੰਧ ਵਾਲਾ ਬਾਗ ਆਮ ਲੋਕਾਂ ਦੇ ਲਈ ਖੋਲਿਆ ਗਿਆ ਪਰ ਇਹ ਸਾਰਾ ਜਿਹੜਾ ਨਵੀਨੀਕਰਨ ਕੀਤਾ ਗਿਆ ਹੈ ਇਸ ਦੇ ਵਿੱਚ ਕਾਫੀ ਸਾਰੀਆਂ ਗਲਤੀਆਂ ਨੇ ਜਿਹੜੀਆਂ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਇਹ ਸ਼ਰਮ ਦੀ ਗੱਲ ਹੈ ਕਿਸਾਨਾਂ ਦੇ ਹਾਲਾਤਾਂ ਨੂੰ ਬਿਆਨ ਕਰਦੀ ਇੱਕ ਖਬਰ ਤੁਹਾਨੂੰ ਦੱਸ ਹਾਂ ਪਰ ਉਸ ਤੋਂ ਵੀ ਪਹਿਲਾਂ ਮਿਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਦੇ ਇੱਕ ਬਿਆਨ ਦੀ ਜਾਣਕਾਰੀ ਦੇ ਦਿੰਦੇ ਆ ਜਿਹੜੇ ਮੋੜ ਤੋਂ ਕੇਂਦਰ ਸਰਕਾਰ ਤੇ ਬੇਖੌਫ ਹੋ ਕੇ ਬਰੇ ਨੇ ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਤੇ ਫੌਜੀਆਂ ਨੂੰ ਬਰਬਾਦ ਕਰ ਦਿੱਤਾ ਹੈ ਹਰਿਆਣਾ ਦੇ ਰੋहतक ਵਿੱਚ ਪਹੁੰਚੇ ਰਾਜਪਾਲ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਤੇ ਕਾਨੂੰਨ ਬਣਾਉਣ ਵਾਲਿਆਂ ਲਈ ਕਿਸਾਨਾਂ ਨੂੰ ਨਵੀਂ ਲੜਾਈ ਲੜਨ ਦੀ ਲੋੜ ਹੈ ਹਰਿਆਣਾ ਪੰਜਾਬ ਤੇ ਰਾਜਸਥਾਨ ਵਰਗੇ ਸੂਬਿਆਂ ਦੇ ਵਿੱਚ ਕਿਸਾਨਾਂ ਤੱਕ ਪਹੁੰਚਣ ਦੇ ਲਈ ਉਹ ਹਰ ਮਹੀਨੇ 6 ਜਨਤਕ ਮੀਟਿੰਗਾਂ ਕਰ ਰਹੇ ਨੇ ਤੇ ਹੁਣ ਜਿਹੜੀ ਖਬਰ ਅਸੀਂ ਕਿਸਾਨਾਂ ਦੇ ਹਾਲਾਤ ਨੂੰ ਦਰਸਾਉਂਦੀ ਦਿਖਾਉਣ ਲੱਗੇ ਸੀ ਉਹ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਹੈ ਜਿੱਥੇ ਇੱਕ ਕਿਸਾਨ ਨੇ ਸਥਾਨਕ ਮੰਡੀ ਦੇ ਵਿੱਚ ਆਪਣੀ ਉਪਜ ਦਾ ਮੁੱਲ ਘੱਟ ਮਿਲਣ ਤੋਂ ਬਾਅਦ ਇਸ ਨੂੰ ਨਾਲੇ ਵਿੱਚ ਸੁੱਟ ਦਿੱਤਾ ਲਸਣ ਦੀ ਫਸਲ ਜਿਹੜੀ ਮੰਡੀ ਦੇ ਵਿੱਚ ਕਿਸਾਨ ਨੂੰ 1 ਰੁਪਏ ਤੇ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਸੀ ਇੰਦੌਰ ਤੋਂ 15 ਕਿਲੋਮੀਟਰ ਦੂਰ ਮਾਤਾ ਬਰੋੜੀ ਪਿੰਡ ਦੇ ਕਿਸਾਨ ਵਿਕਾਸ ਸੋਧੀਆਂ ਨੇ ਕਿਹਾ ਕਿ ਮੈਨੂੰ ਇੰਦੌਰ ਦੀ ਮੰਡੀ ਦੇ ਵਿੱਚ ਜਿੱਥੇ ਮੈਂ 15 ਕਿਲੋਮੀਟਰ ਚੱਲ ਕੇ ਆਪਣੀ ਲਸਣ ਦੀ ਫਸਲ ਲੈ ਕੇ ਗਿਆ ਉੱਥੇ 1 ਰੁਪਏ ਕਿਲੋ ਦੇ ਹਿਸਾਬ ਨਾਲ ਲਸਣ ਵੇਚਣਾ ਪੈ ਰਿਹਾ ਸੀ ਇਹਦੇ ਨਾਲ ਲਸਣ ਦੀ ਪੈਦਾਵਾਰ ਤੋਂ ਲੈ ਕੇ ਉਸ ਨੂੰ ਮੰਡੀ ਤੱਕ ਲਿਉਣ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਇਸ ਲਈ ਮੈਂ ਆਪਣੀ ਸਾਰੀ ਫਸਲ ਨੂੰ ਰੋਸ ਦੇ ਵਿੱਚ ਪਿੰਡ ਦੇ ਨਾਲੇ ਦੇ ਵਿੱਚ ਹੀ ਸੁੱਟ ਦਿੰਦਾ ਹੈ ਕਿਸਾਨ ਨੇ ਕਿਹਾ ਕਿ 4 ਬਿਗੇ ਦੇ ਵਿੱਚ ਲਸਣ ਦੀ ਖੇਤੀ ਕਾਰਨ ਉਸ ਨੂੰ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਸੋ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਲਸਣ ਜਿਹੜਾ ਕਿ ਇੱਕ ਮਹਿੰਗਾ ਮਸਾਲਾ ਹੈ ਹਰ ਦਾਲ ਸਬਜ਼ੀ ਦੇ ਵਿੱਚ ਤਕਰੀਬਨ ਲੋਕ ਪਾਉਂਦੇ ਨੇ ਪਿਆਜ਼ ਲਸਣ ਅਦਰਕ ਟਮਾਟਰ ਇਸ ਤਰ੍ਹਾਂ ਦੇ ਜਿਹੜੇ ਮਸਾਲੇ ਮੰਨੇ ਗਏ ਨੇ ਹਰੇ ਮਸਾਲੇ ਤੇ ਇਹ ਲਸਣ ਦੀ ਕੀਮਤ ਕੋਈ ਬਹੁਤ ਆਮ ਨਹੀਂ ਹੁੰਦੀ ਲਸਣ ਜਿਹੜਾ ਮਹਿੰਗਾ ਮੰਨਿਆ ਜਾਂਦਾ ਤੇ ਲੋਕ ਕਿਲੋ-ਕਿਲੋ ਦੀ ਬਜਾਏ ਪਾਈਆ ਪਾਈਆ ਲਸਣ ਵੀ ਲੈਂਦੇ ਨੇ ਜਿਹੜੇ ਆਮ ਘਰਾਂ ਦੇ ਨਾਲ ਸਬੰਧਿਤ ਤੋ 1 ਰੁਪਏ ਕਿਲੋ ਲਸਣ ਖਰੀਦਿਆ ਜਾ ਰਿਹਾ ਸੀ ਇਹ ਬਹੁਤ ਹੈਰਾਨੀ ਦੀ ਗੱਲ ਹੈ ਹਾਲਾਂਕਿ ਕਿਸਾਨ ਉਸ ਲਸਣ ਨੂੰ ਨਾਲੇ ਵਿੱਚ ਸੁੱਟਣ ਦੀ ਬਜਾਏ ਪਿੰਡ ਦੇ ਲੋਕਾਂ ਨੂੰ ਵੀ ਮੁਫਤ ਦੇ ਵਿੱਚ ਵੰਡ ਸਕਦਾ ਸੀ ਪਰ ਇੱਕ ਸੰਕੇਤ ਦੇ ਵਜੋਂ ਰੋਸ ਜ਼ਾਹਿਰ ਕਰਨ ਦੇ ਵਜੋਂ ਸ਼ਾਇਦ ਕਿਸਾਨ ਨੇ ਇਹ ਫੈਸਲਾ ਲਿਆ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਲੀਡਰ ਬੁਰੀ ਤਰ੍ਹਾਂ ਦੇ ਨਾਲ ਘੇਰ ਰਹੇ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮਾਈਨਿੰਗ ਤੇ ਐਸਓਐਲ ਦਾ ਮੁੱਦਾ ਇਸ ਵਕਤ ਹੌਟ ਮੁੱਦਾ ਹੈ ਚਰਚਾ ਦੇ ਵਿੱਚ ਹੈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਹਰਿਆਣਾ ਸਮੇਤ ਹਿਮਾਚਲ ਵਰਗੇ ਸੂਬਿਆਂ ਦੇ ਵਿੱਚ ਗੁਜਰਾਤ ਦੇ ਵਿੱਚ ਵੀ ਲਗਾਤਾਰ ਚੋਣ ਰੈਲੀਆਂ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਨੇ ਹਿਮਾਚਲ ਵਾਸੀਆਂ ਨੂੰ ਇੱਕ ਹੋਰ ਗਰੰਟੀ ਦੇ ਦਿੱਤੀ ਹੈ ਵਾਅਦਾ ਕੀਤਾ ਹੈ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਲੋਕਾਂ ਨੂੰ ਹਰ ਮਹੀਨੇ 300 ਯੂਨਟ ਮੁਫਤ ਬਿਜਲੀ ਦਿੱਤੀ ਜਾਏਗੀ ਅਤੇ ਸਰਕਾਰ ਬਣ ਤੋਂ ਬਾਅਦ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ जाएगा। जो तक नौकरी नहीं मिलेगी दे हिमाचल प्रदेश के, एक -एक बच्चे के लिए शानदार सरकारी स्कूल पांच साल के अंदर जी खड़े हो जाएंगे स्कूल तोड़ना तो दूर की बात है शानदार सरकारी स्कूल प्राइवेट स्कूलों से भी बढ़िया सरकारी स्कूल पांच साल के अंदर अंदर खड़े हो जाएंगे हर बच्चे को मुफ्त शिक्षा मिलेगी शानदार वर्ल्ड क्लास एजुकेशन मिलेगी ये केजरीवाल जी की गारंटी है केजरीवाल जी की गारंटी है कि हिमाचल प्रदेश की हर एक महिला को अठारह साल से ऊपर की बहन को वो चाहे युवा हो चाहे हाउसवाइफ हो वृद्ध महिला हो सबको जो जो, जो जरूरत समझे ਉਸ ਕੋ ਸਰਕਾਰ ਕੀ ਹੋਰ ਸੇ ਹਰ ਮਹੀਨੇ 11000 ਰੁਪਏ ਕੀ ਮਹਿਲਾ ਸਨਮਾਨ ਰਾਸ਼ਰੀ ਦਿੱਤੀ ਜਾਏਗੀ ਇਹ ਕੇਜਰੀਵਾਲ ਜੀ ਕੀ ਗੱਲ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਮੋਟਰ ਕਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਂ ਤੇ ਵੱਡਾ ਘਟਾਲਾ ਹੋਇਆ ਹੈ ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਕਿਸਾਨ ਪਿਛਲੇ ਕਈ ਦਿਨਾਂ ਤੋਂ ਮੋਰਚਾ ਲਾ ਕੇ ਬੈਠੇ ਸਨ ਤੇ ਹੁਣ ਇਸ ਮੋਰਚੇ ਨੂੰ ਸਫਲਤਾ ਹੱਥ ਲੱਗੀ ਹੈ ਸ਼ੁਰੂਆਤੀ ਸਫਲਤਾ ਕਿਹਾ ਜਾ ਸਕਦਾ ਹੈ ਡੱਲੇਵਾਲ ਨੇ ਦੱਸਿਆ ਕਿ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਣੇ ਸਾਨਾ ਨਾਲ ਹੋਈ ਠੱਗੀ ਦੀ ਉੱਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ ਹੈ ਮਠੰਡਾ ਮਾਨਸਾ ਬਰਨਾਲਾ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਮੋਟਰ ਕਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਂ ਤੇ ਘੁਟਾਲਾ ਹੋਇਆ ਤੇ ਇਸ ਦੀ ਜਾਂਚ ਲਈ 2 ਦਿਨ ਦੇ ਵਿੱਚ ਸਟਾ ਗਠਨ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਬਲਕੀਸ ਬਾਨੋ ਕੇਸ ਦੇ ਸਾਰੇ ਦੋਸ਼ੀਆਂ ਨੂੰ ਰਿਹਾਅ ਕੀਤੇ ਜਾਣ ਦੇ ਮਸਲੇ ਤੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ 2 ਹਫ਼ਤਿਆਂ ਦੇ ਵਿੱਚ ਵਿੱਚ ਗੁਜਰਾਤ ਸਰਕਾਰ ਤੋਂ ਦਸਤਾਵੇਜ਼ ਮੰਗੇ ਨੇ ਜਵਾਬ ਮੰਗਿਆ ਹੈ ਕਿ ਬਲਕੀਸ ਬਾਨੋ ਕੇਸ ਦੇ ਵਿੱਚ ਦੋਸ਼ੀਆਂ ਨੂੰ ਕਿਉਂ ਰਿਹਾ ਕੀਤਾ ਗਿਆ। ਰੈਪਰ ਹਨੀ ਸਿੰਘ ਅਤੇ ਉਸ ਦੀ ਪਤਨੀ ਦਾ ਅਧਿਕਾਰੀ ਤੋ ਅੱਜ ਤਲਾਕ ਹੋ ਗਿਆ ਦਿੱਲੀ ਦੀ ਫੈਮਿਲੀ ਕੋਰਟ ਦੇ ਵਿੱਚ ਹਨੀ ਸਿੰਘ ਨੇ ਸੀਲਬੰਦ ਲਿਫਾਫੇ ਦੇ ਵਿੱਚ ਪਤਨੀ ਨੂੰ ਗੁਜ਼ਾਰੇ ਭੱਤੇ ਵਜੋਂ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਤੇ ਦੋਵੇਂ ਹਮੇਸ਼ਾ ਦੇ ਲਈ ਵੱਖ ਹੋ ਗਏ ਨੇ ਹਨੀ ਸਿੰਘ ਦੀ ਪਤਨੀ ਸ਼ਾਲਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ 30 ਹਜ਼ਾਰੀ ਕੋਰਟ ਦੇ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ ਅਤੇ ਘਰੇਲੂ ਹਿੰਸਾ ਸਮੇਤ ਹੋਰਨਾ ਔਰਤਾਂ ਦੇ ਨਾਲ ਸੰਬੰਧਾਂ ਵਰਗੇ ਗੰਭੀਰ ਦੋਸ਼ ਲਾਇਏ ਸਨ ਬੁਲੇਟਿਨ ਦੇ ਵਿੱਚ ਕੁਝ ਖਬਰਾਂ ਘਟਨਾਵਾਂ ਤੇ ਹਾਦਸਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਸਭ ਤੋਂ ਪਹਿਲੀ ਖਬਰ ਬਰਤਾਨੀਆ ਤੋਂ ਹੈ ਜਿੱਥੇ ਮਾਂਚੈਸਟਰ ਦੇ ਵਿੱਚ ਸਿੱਖ ਗ੍ਰੰਥੀ ਉੱਤੇ ਪਿਛਲੇ ਮਹੀਨੇ ਹੋਏ ਹਮਲੇ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਮਲੇ 'ਚ 62 ਸਾਲਾ ਗ੍ਰੰਥੀ ਦੇ ਦਿਮਾਗ ਤੇ ਗੰਭੀਰ ਸੱਟ ਲੱਗੀ ਸੀ ਮਾਂਚੈਸਟਰ ਸਿਟੀ ਸੈਂਟਰ ਦੇ ਵਿੱਚ ਗ੍ਰੰਥੀ ਸਿੰਘ ਉੱਤੇ ਹਮਲੇ ਦੇ ਸੰਬੰਧੀ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਜਾਰੀ ਕਰ ਦਿੱਤੀ ਸੁਪਰੀਮ ਕੋਰਟ ਨੇ ਬੀਜੇਪੀ ਦੀ ਲੀਡਰ ਸੁਨਾਲੀ ਫੁਗੜੀ ਦੀ ਮੌਤ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਏ ਗੋਆ ਦੇ ਕਰ ਲਈ ਇਸ ਨੂੰ ਢਾਉਣ ਤੇ ਰੋਕ ਲਾ ਦਿੱਤੀ ਹੈ ਸੁਪਰੀਮ ਕੋਰਟ ਨੇ ਇਸ ਸ਼ਰਤ ਤੇ ਢਾਉਣ ਤੇ ਰੋਕ ਲਾਈ ਹੈ ਕਿ ਉੱਥੇ ਕੋਈ ਵਪਾਰਕ ਗਤੀਵਿਧੀਆਂ ਨਹੀਂ ਹੋਣਗੀਆਂ ਇਸ ਤੋਂ ਪਹਿਲਾਂ ਗੋਆ ਸਰਕਾਰ ਨੇ ਹਰਿਆਣਾ ਦੀ ਬੀਜੇਪੀ ਲੀਡਰ ਸੁਨਾਲੀ ਫੁਗਾੜੀ ਮੌਤ ਨਾਲ ਜੁੜੇ ਰੈਸਟੋਰੈਂਟ ਨੂੰ ਤੜਕੇ-ਤੜਕੇ ਤਟਵਰਤੀ ਰੈਗੂਲੇਸ਼ਨ ਜ਼ੋਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਟਾੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਰੋਕ ਦਿੱਤਾ ਹੈ ਕਰਲਿਸ ਨਾਮ ਦਾ ਇਹ ਰੈਸਟੋਰੈਂਟ ਉੱਤਰੀ ਗੋਆ ਦੇ ਮਸ਼ਹੂਰ ਅੰਜਨਾ ਬੀਚ ਤੇ ਸਥਿਤ ਹੈ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਫੁਗਾੜ ਏਸੇ ਰੈਸਟੋਰੈਂਟ ਦੇ ਵਿੱਚ ਪਾਰਟੀ ਕਰ ਰਹੀ ਸੀ ਏਸੇ ਕਰਕੇ ਰੈਸਟੋਰੈਂਟ ਹਾਲ ਹੀ ਵਿੱਚ ਸੁਰਖੀਆਂ ਦੇ ਵਿੱਚ ਆਇਆ ਸੀ ਯੂਪੀ ਤੋਂ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਨੂੰ ਰੱਬ ਦਾ ਦੂਜਾ ਨਾਮ ਦਿੰਨੇ ਹਾਂ ਰੱਬ ਦਾ ਦਰਜਾ ਦਿੰਨੇ ਹਾਂ ਉੱਥੇ ਹੀ ਯੂਪੀ ਦੇ ਸ਼ਾਜਹਾਂਪੁਰ ਜ਼ਿਲ੍ਹੇ ਦੇ ਨਿੱਜੀ ਹਸਪਤਾਲ ਦੇ ਸੰਚਾਲਕ ਨੇ ਜਨੇਪੇ ਦੀ ਫੀਸ ਦਾ ਭੁਗਤਾਨ ਕਰਨ ਤੋਂ ਅਸਮਰੱਥ ਹੋਣ ਤੇ ਔਰਤ ਦੀ ਨਵਜੰਮੀ ਬੱਚੀ ਨੂੰ ਵੇਚ ਹੀ ਦਿੱਤਾ ਤੇ ਵੇਚਿਆ ਵੀ ਦੂਸਰੇ ਧਰਮ ਦੇ ਕਿਸੇ ਵਿਅਕਤੀ ਨੂੰ ਤੇ ਵੇਚ ਕੇ ਉਸ ਦੀ ਜਨੇਪੇ ਦੀ ਫੀਸ ਵਸੂਲ ਕਰ ਲਈ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਬਾਅਦ ਵਿੱਚ ਮਾਮਲਾ ਗਰਮਾ ਜਾਣ ਤੋਂ ਬਾਅਦ ਬੱਚੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਸ ਹਸਪਤਾਲ ਇਸ ਮਾਮਲੇ ਦੇ ਵਿੱਚ ਰਿਪੋਰਟ ਡੱਚ ਕਰਕੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਅਜਿਹਾ ਹੋਣਾ ਵੀ ਚਾਹੀਦਾ ਸੀ ਖਬਰ ਸਾਇਰਸ ਮਿਸਤਰੀ ਦੀ ਮੌਤ ਦੇ ਨਾਲ ਜੁੜੀ ਹੋਈ ਹੈ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਜ਼ ਬੈਂਸ ਨੇ ਉਦਯੋਗਪਤੀ ਸਾਇਰਸ ਮਿਸਤਰੀ ਦੀ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਇਸ ਸਬੰਧੀ ਆਪਣੀ ਅੰਤਿਮ ਰਿਪੋਰਟ ਪਾਲਕਰ ਪੁਲਿਸ ਨੂੰ ਸੌਂਪ ਦਿੱਤੀ ਹੈ ਇਸ ਵਿੱਚ ਦੱਸਿਆ ਗਿਆ ਕਿ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ 5 ਸੈਕਿੰਡ ਪਹਿਲਾਂ ਕਾਰ ਨੂੰ ਬ੍ਰੇਕ ਮਾਰੀ ਗਈ ਸੀ ਕੰਪਨੀ ਨੇ ਦੱਸਿਆ ਕਿ ਮਰਸੀਜ਼ ਬੈਂਸ ਦੇ ਮਾਹਿਰਾਂ ਦੀ ਟੀਮ ਕਾਰ ਦੀ ਜਾਂਚ ਲਈ ਹਾਂਗਕਾਂਗ ਤੋਂ ਸੋਮਵਾਰ ਨੂੰ ਮੁੰਬਈ ਆਉਣ ਵਾਲੀ ਹੈ ਪਾਲਕਰ ਦੇ ਪੁਲਿਸ ਸੁਪਰਡੈਂਟ ਵਾਲਾ ਸਹਿ ਪਾਟਲ ਨੇ ਕਿਹਾ ਕਿ ਹਾਦਸੇ ਤੋਂ ਪਹਿਲਾਂ ਕਾਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਹਾਦਸੇ ਤੋਂ ਕੁਝ ਸਕਿੰਟ ਪਹਿਲਾਂ ਜਦੋਂ ਇਸ ਦੀ ਰਫ਼ਤਾਰ 99 ਕਿਲੋਮੀਟਰ ਪ੍ਰਤੀ ਘੰਟਾ ਸੀ ਤਾਂ ਇਹ ਪੁਲ ਦੇ ਡਿਵਾਈਡਰ ਨਾਲ ਟਕਰਾ ਗਈ ਸੀ ਪਾਟਲ ਨੇ ਕਿਹਾ ਕਿ ਖੇਤਰੀ ਟਰਾਂਸਪੋਰਟ ਦਫ਼ਤਰ ਨੇ ਵੀ ਆਪਣੀ ਰਿਪੋਰਟ ਸੌਂਪੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਹਾਦਸੇ ਤੋਂ ਬਾਅਦ ਕਾਰ ਵਿਚਲੇ 4 에어백 ਖੁੱਲ ਗਏ ਸੀ ਤਿੰਨ ਡਰਾਈਵਰ ਦੀ ਸੀਟ ਤੇ ਇੱਕ ਅਤੇ ਇੱਕ ਨਾਲ ਵਾਲੀ ਸੀਟ ਤੇ ਖੁੱਲੇ ਅਦਾਲਤੀ ਕਾਰਵਾਈਆਂ ਦੇ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ ਤੁਹਾਨੂੰ ਦੱਸਦੇ ਨੇ ਹੁਣ ਲੁਧਿਆਣਾ ਦੀ ਅਦਾਲਤ ਨੇ ਦੋ ਜਣਿਆਂ ਨੂੰ ਇਕੱਠਾਈ ਝਟਕਾ ਦਿੱਤਾ ਹੈ ਦੋਵੇਂ ਵੱਡੇ ਲੀਡਰ ਨੇ ਕਾਂਗਰਸ ਦੇ ਵੱਡੇ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਜਿਹੜੇ ਕਿ ਤਾਣਾ ਅੰਦਾਣਾ ਮੰਡੀ ਕਾਰਪੋਰੇਸ਼ਨ ਘੁਟਾਲੇ ਦੇ ਵਿੱਚ ਫਸੇ ਹੋਏ ਨੇ ਭਾਤਕੁਸ਼ਨ ਆਸ਼ੂ ਇਹਨਾਂ ਦੀ ਜ਼ਮਾਨਤ ਅਰਜ਼ੀ ਲੁਧਿਆਣਾ ਅਦਾਲਤ ਨੇ ਖਾਰਜ ਕਰ ਦਿੱਤੀ ਹੈ ਇਸ ਵਕਤ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨੇ 7 ਸਤੰਬਰ ਨੂੰ ਇਹਨਾਂ ਨੇ ਅਦਾਲਤ ਵਿੱਚ ਆਪਣੀ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ ਜਿਸ ਤੇ ਸੁਣਵਾਈ ਹੋਈ ਹੈ ਪਰ ਇਹੇ ਰੱਦ ਹੋ ਗਈ ਇਸ ਦੇ ਨਾਲ ਹੀ ਲੁਧਿਆਣਾ ਅਦਾਲਤ ਨੇ ਬਰਨਾਲਾ ਦੀ ਜੇਲ੍ਹ ਚ ਬੰਦ ਸਾਬਕਾ ਵਿਧਾਇਕ ਅਤੇ ਲੋਕ ਸਭਾ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਵੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਬਰ ਜਨਾਹ ਮਾਮਲੇ ਦੇ ਵਿੱਚ ਫਸੇ ਹੋਏ ਨੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਹਨਾਂ ਦੀ ਜ਼ਮਾਨਤ ਅਰਜ਼ੀ ਵੀ ਰੱਦ ਹੋ ਚੁੱਕੀ ਹੈ ਇਸੇ ਤਰ੍ਹਾਂ ਸੁਪਰੀਮ ਕੋਰਟ ਤੋਂ ਵੀ ਜ਼ਮਾਨਤਾਂ ਦੇ ਨਾਲ ਜੁੜੀਆਂ ਦੋ ਵੱਡੀਆਂ ਜਾਣਕਾਰੀਆਂ ਨੇ ਪਹਿਲੀ ਤਾਂ ਇਹ ਹੈ ਕਿ ਸੁਪਰੀਮ ਕੋਰਟ ਨੇ ਪੱਤਰਕਾਰ ਸਿੱਦਕੀ ਕੱਪਨ ਦੀ ਜ਼ਮਾਨਤ ਪਟੀਸ਼ਨ ਨੂੰ ਸਵੀਕਾਰ ਕਰ ਲਿਆ 2020 ਦੇ ਵਿੱਚ ਹਾਥਰਸ ਜਾਂਦੇ ਸਮੇਂ ਸਿੱਦਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਚੀਫ ਜਸਟਿਸ ਹੁਦਾਏ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕੱਪਨ ਨੂੰ ਯੂਪੀ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਅਗਲੇ 6 ਹਫ਼ਤਿਆਂ ਤੱਕ ਦਿੱਲੀ ਵਿੱਚ ਰਹਿਣ ਦਾ ਹੁਕਮ ਦਿੱਤਾ ਬੈਂਚ ਨੇ ਉਸਤੇ ਕੁਝ ਸ਼ਰਤਾਂ ਲਾਈਆਂ ਨੇ ਜਿਸ ਵਿੱਚ ਉਸ ਨੂੰ ਆਪਣਾ ਪਾਸਪੋਰਟ ਸੌਂਪਣਾ ਤੇ ਹਰ ਸੋਮਵਾਰ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਹੈ ਦੂਸਰੀ ਖਬਰ ਵੀ ਸੁਪਰੀਮ ਕੋਰਟ ਤੋਂ ਆਈ ਹੈ ਜਿੱਥੇ ਅਦਾਲਤ ਨੇ ਇੱਕ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਤੇ ਇਹ ਖਾਰਜ ਕੀਤੀ ਅਰਜ਼ੀ ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੀ ਪਟੀਸ਼ਨ ਸੀ ਸੁਪਰੀਮ ਕੋਰਟ ਨੇ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੀ ਪੈਗੰਬਰ ਮੁਹੰਮਦ ਤੇ ਵਿਵਾਦਿਤ ਟਿੱਪਣੀ ਦੇ ਲਈ ਗ੍ਰਿਫਤਾਰੀ ਦੀ ਮੰਗ ਕਰਨ ਵਾਲੀ ਅਪੀਲ ਨੂੰ ਸਵੀਕਾਰ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਹੈ ਭਾਰਤ ਦੇ ਚੀਫ ਜਸਟਿਸ ਯੂ ਜੂ ਲਲਿਤ ਅਗਵਾਈ ਵਾਲੇ ਬੈਂਚ ਨੇ ਅਪੀਲ ਕਰਤਾ ਅਬੂ ਸੁਹੇਲ ਨੂੰ ਕਿਹਾ ਕਿ ਉਸਦੀ ਅਰਜ਼ੀ ਦੇ ਦੂਰਗਾਮੀ ਸਿੱਟੇ ਨਿਕਲ ਸਕਦੇ ਨੇ ਇਸ ਤੋਂ ਬਾਅਦ ਅਬੂ ਸੁਹੇਲ ਨੇ ਕਿਹਾ ਕਿ अपना केस वापस ਲੈ ਰਹੇ ਨੇ ابو ਸੁਹੇਲ ਦੇ ਮੁਤਾਬਕ ਸ਼ਿਕਾਇਤ ਦੇ باوجود ਨੂਪੁਰ ਸ਼ਰਮਾ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਇਸ ਮਾਮਲੇ ਦੀ ਤੁਰੰਤ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਭਾਰਤ ਦੇ 골ਡਨ ਬॉय ਨੀਰਜ ਚੋਪੜਾ ਨੇ ਇੱਕ ਹੋਰ 골ਡ ਭਾਰਤ ਦੀ ਝੋਲੀ ਦੇ ਵਿੱਚ ਪਾ ਦਿੱਤਾ ਹੈ 다이ਮండ్ 리그 ਦਾ ਟਾਈਟਲ ਵੀ ਨੀਰਜ ਚੋਪੜਾ ਨੇ ਜਿੱਤ ਲਿਆ ਹੈ ਜੈਵਲਨ ਥਰੋ ਦੇ ਮੁਕਾਬਲੇ ਦੇ ਵਿੱਚ ਤੇ ਨੀਰਜ ਚੋਪੜਾ ਪਹਿਲਾ ਜੈਵਲਨ ਥਰੋਅਰ ਬਣਿਆ ਹੈ ਇਹ ਟਾਈਟਲ ਜਿੱਤਣ ਵਾਲਾ ਭਾਰਤ ਦਾ ਪਹਿਲਾ ਜੈਵਲਨ ਥਰੋਅਰ ਤੇ ਉਸਨੇ ਇੱਕ ਇਤਿਹਾਸ ਰੱਛ ਦਿੱਤਾ ਹੈ ਯੂਜੀਸੀ ਦੇ ਚੇਅਰਮੈਨ ਨੇ ਜਾਣਕਾਰੀ ਦਿੱਤੀ ਹੈ ਕਿ ਸਾਂਝੇ ਦਾਖਲਾ ਟੈਸਟ ਅੰਦਰ ਗ੍ਰੈਜੂਏਟ ਯਾਨਕੀ CUET UG ਦੇ ਨਤੀਜੇ 15 ਸਤੰਬਰ ਤੱਕ ਐਲਾਨ ਦਿੱਤੇ ਜਾਣਗੇ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਦੱਸ ਦਿੰਨੇ ਹਾਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਲਗਾਤਾਰ ਚੱਲ ਰਹੀ ਹੈ ਕੰਨਿਆ ਕੁਮਾਰੀ ਤਾਮਿਲਨਾਡੂ ਦੇ ਕੰਨਿਆ ਕੁਮਾਰੀ ਤੋਂ ਰਾਹੁਲ ਗਾਂਧੀ ਬੋਲੇ ਨੇ ਪਾਰਟੀ ਦੀ ਅਗਵਾਈ ਵਾਲੇ ਅਗਵਾਈ ਕਰਨ ਦੇ ਬਾਰੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਹੋਣ ਤੇ ਸਪਸ਼ਟ ਹੋ ਜਾਊਗਾ ਕਿ ਮੈਂ ਕਾਂਗਰਸ ਦਾ ਪ੍ਰਧਾਨ ਬਣਾਗਾ ਜਾਂ ਨਹੀਂ ਇਸ ਲਈ ਉਦੋਂ ਤੱਕ ਇੰ ਕਰਨਾ ਹੀ ਪਊਗਾ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਇਹ ਸਮਝਾਉਣ ਦੀ ਕੋਸ਼ਿਸ਼ ਹੈ ਕਿ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈ ਤੇ ਨਾਲ ਹੀ ਇਹ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਵੱਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਹੈ ਦ ਕਾਂਗਰਸ ਪਾਰਟੀ ਹੈਸ ਡਿਸਾਈਡਡ ਟੂ ਡੂ ਅ ਪਦੀ ਯਾਤਰਾ ਅਕ੍ਰੋਸ ਦ ਕੰਟਰੀ ਆਮ ਐ ਮੈਂਬਰ ਆਫ ਦ ਕਾਂਗਰਸ ਪਾਰਟੀ ਐਂਡ ਐਸ ਐ ਮੈਂਬਰ ਆਫ ਦ ਕਾਂਗਰਸ ਪਾਰਟੀ ਐਂਡ ਐ ਪਰਸਨ ਹੂ ਅਗਰੀਜ਼ ਵਿਦ ਦ ਆਈਡੀਓਲੋਜੀ ਆਫ ਦ ਕਾਂਗਰਸ ਪਾਰਟੀ ਆਮ ਪਾਰਟਿਸਿਪੇਟਿੰਗ ਇਨ ਥਿਸ ਯਾਤਰਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਚੀਨ ਦੀਆਂ ਫੌਜਾਂ 12 ਸਤੰਬਰ ਤੱਕ ਗੋਗਰਾ ਹੌਟ ਸਪ੍ਰਿੰਗਸ ਤੋਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕਰਨਗੀਆਂ ਮੰਤਰਾਲੇ ਨੇ ਕਿਹਾ ਕਿ ਗੋਗਰਾ ਹੌਟ ਸਪ੍ਰਿੰਗਸ ਵਿੱਚ ਦੋਵਾਂ ਪਾਸਿਆਂ ਵੱਲੋਂ ਬਣਾਏ ਗਏ ਸਾਰੇ ਅਸਥਾਈ ਤੇ ਹੋਰ ਢਾਂਚਿਆਂ ਨੂੰ ਢਾਹ ਦਿੱਤਾ ਜਾਊਗਾ ਤੇ ਇਸ ਦੀ ਦੁਵੱਲੀ ਪੁਸ਼ਟੀ ਕੀਤੀ ਜਾਏਗੀ ਇਸ ਦੇ ਨਾਲ ਹੀ ਦੋਵੇਂ ਤਰ੍ਹਾਂ ਬਾਕੀ ਮਸਲਿਆਂ ਨੂੰ ਹੱਲ ਕਰਨ ਅਤੇ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਵਿੱਚ ਐਲਏਸੀ ਦੇ ਨਾਲ ਸ਼ਾਂਤੀ ਬਹਾਲੀ ਕਰਨ ਦੇ ਲਈ ਸਹਿਮਤ ਵੀ ਹੋ ਗਏ ਹਨ ਭਾਰਤੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ ਵੀਆਰ ਚ ਵਾਨੂ ਹਾਸੀਮਾਰ ਹਵਾਈ ਸਟੇਸ਼ਨ ਤੋਂ ਆਪਣੇ ਪੁੱਤਰ स्क्वाड्रन ਲੀਡਰ ਮਹਿਰਵੀ ਚੌਧਰੀ ਦੇ ਨਾਲ ਟ੍ਰੇਨਿੰਗ ਮਿਸ਼ਨ ਦੇ ਤਹਿਤ ਰਾਫਲ ਤੇ ਉਡਾਣ ਭਰੀ ਐਮਨੈਸਟੀ ਇੰਟਰਨੈਸ਼ਨਲ ਦਾ ਇੱਕ ਅਹਿਮ ਬਿਆਨ ਆਇਆ ਹੈ ਆਮਦਨ ਕਰ ਵਿਭਾਗ ਦੇ ਵੱਲੋਂ ਕੁਝ ਗੈਰ ਸਰਕਾਰੀ ਸੰਗਠਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਤੋਂ ਇੱਕ ਦਿਨ ਬਾਅਦ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਇੱਕ ਹੋਰ ਸਪਸ਼ਟ ਮਿਸਾਲ ਹੈ ਕਿ ਕਿਵੇਂ ਜਾਂਚ ਏਜੰਸੀਆਂ ਨੂੰ ਸੁਤੰਤਰ ਲੋਕਾਂ ਤੇ ਆਲੋਚਕਾਂ ਨੂੰ ਪਰੇਸ਼ਾਨ ਕਰਨ ਤੇ ਡਰਾਉਣ ਦੇ ਲਈ ਹਥਿਆਰਵਜੋ ਵਰਤਿਆ ਜਾ ਰਿਹਾ ਹੈ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਜਥੇਬੰਦੀ ਕਿਹਾ ਹੈ ਕਿ ਭਾਰਤੀ ਅਧਿਕਾਰੀਆਂ ਨੂੰ ਇਸ ਦਮਨ ਦੀ ਰਣਨੀਤੀ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਾਗਰਿਕ ਸਮਾਜ ਸੰਸਥਾਵਾਂ ਬਦਲੇ ਦੇ ਡਰ ਕਾਰਵਾਈ ਤੋਂ ਬਿਨਾਂ ਦੇਸ਼ ਦੇ ਵਿੱਚ ਕੰਮ ਕਰਦੀਆਂ ਰਹਿਣ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ 2 ਨਹੀਂ ਰਹੀ ਹੈ ਐਲਿਜ਼ਾਬੈਥ ਦੀ ਵੀਰਵਾਰ ਰਾਤ ਨੂੰ ਮੌਤ ਦੀ ਖਬਰ ਮਿਲੀ 96 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋਇਆ ਹੈ ਬਰਤਾਨੀਆ ਦੇ ਵਿੱਚ ਸਭ ਤੋਂ ਵੱਧ 70 ਸਾਲਾਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ ਦਾ ਇੱਕ ਸੰਕੇਤਕ ਬਿਮਾਰੀ ਤੋਂ ਬਾਅਦ ਦਿਹਾਂਤ ਹੋਇਆ ਹੈ ਵੀਰਵਾਰ ਦੁਪਹਿਰ ਨੂੰ ਸਕਾਟਲੈਂਡ ਦੇ ਸਟੇਟ ਦੇ ਵਿੱਚ ਸ਼ਾਂਤੀ ਨਾਲ ਅੰਤਿਮ ਸਾਹ ਲਈ ਹੈ ਯਾਨੀ ਕਿ ਉਮਰ ਦੇ ਢਲਣ ਦੇ ਮੁਤਾਬਿਕ ਇੱਕ ਕੁਦਰਤੀ ਜਿਹੜੀ ਮੌਤ ਹੁੰਦੀ ਹੈ ਉਹ ਮਹਾਰਾਣੀ ਨੂੰ ਆਈ ਹੈ ਤੇ ਇਸ ਸਾਲ ਮੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਸਮਾਂ ਉਹ ਏਸੇ ਸਟੇਟ ਦੇ ਵਿੱਚ ਰਹੀ ਸਕਾਟਲੈਂਡ ਦੇ ਸਟੇਟ ਦੇ ਵਿੱਚ ਐਲਿਜ਼ਾਬੈਥ 1952 ਨੂੰ ਬਰਤਾਨੀਆ ਦੀ ਗੱਦੀ ਤੇ ਬੈਠੀ ਸੀ ਤੇ ਆਪਣੇ ਸ਼ਾਸਨ ਕਾਲ ਦੇ ਵਿੱਚ ਉਹ ਵਿਆਪਕ ਸਮਾਜਿਕ ਬਦਲਾਵਾਂ ਦੀ ਗਵਾਹ ਵੀ ਬਣੀ ਉਸਦੇ ਸਭ ਤੋਂ ਵੱਡੇ ਪੁੱਤਰ ਅਤੇ ਹੁਣ ਬਰਤਾਨੀਆ ਦੇ ਨਵੇਂ ਕਿੰਗ ਚਾਰਲਸ ਨੇ ਕਿਹਾ ਕਿ ਉਹਨਾਂ ਦੀ ਪਿਆਰੀ ਮਾਂ ਦੀ ਮੌਤ ਉਹਨਾਂ ਦੇ ਲਈ ਅਤੇ ਉਹਨਾਂ ਦੇ ਪਰਿਵਾਰ ਦੇ ਲਈ ਵੱਡੇ ਦੁੱਖ ਦੀ ਘੜੀ ਹੈ ਅਤੇ ਉਹਨਾਂ ਦੀ ਕਮੀ ਨੂੰ ਦੁਨੀਆ ਭਰ ਵਿੱਚ شدت ਨਾਲ ਮਹਿਸੂਸ ਕੀਤਾ ਜਾਊਗਾ ਤੇ ਮਹਾਰਾਣੀ ਦੀ ਮੌਤ ਤੋਂ ਬਾਅਦ ਹੁਣ ਰਾਜ ਗੱਦੀ ਨੂੰ ਵੱਡਾ ਪੁੱਤਰ ਹੀ ਸਾਂਭੇਗਾ ਦੁਨੀਆ ਭਰ ਦੇ ਲੀਡਰਾਂ ਅਤੇ ਵੱਡੀਆਂ ਹਸਤੀਆਂ ਨੇ ਮਹਾਰਾਣੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਾਰਾਣੀ ਦੀ ਮੌਤ ਤੋਂ ਬਾਅਦ ਟਵੀਟ ਦੇ ਵਿੱਚ ਸੰਵੇਦਨਾ ਪ੍ਰਗਟਾਈ ਹੈ ਅਤੇ ਜੋ ਮੁਲਾਕਾਤ ਹੋਈ ਸੀ ਮਹਾਰਾਣੀ ਦੇ ਨਾਲ ਉਹ ਯਾਦਗਾਰ ਮੁਲਾਕਾਤਾਂ ਦੇ ਪਲਾਂ ਨੂੰ ਯਾਦ ਵੀ ਕੀਤਾ ਜ਼ਿਕਰ ਵੀ ਕੀਤਾ ਅਗਲੀ ਖਬਰ ਅਮਰੀਕਾ ਤੋਂ ਹੈ ਜਿੱਥੇ ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਇੱਕ ਵਿਅਕਤੀ ਨੇ ਉਹਨਾਂ ਨੂੰ ਫੋਨ ਤੇ ਇਤਰਾਜਯੋਗ ਅਤੇ ਨਫ਼ਰਤ ਭਰੇ ਸੁਨੇਹੇ ਭੇਜ ਕੇ ਭਾਰਤ ਵਾਪਸ ਜਾਣ ਕਿ ਹੈ ਚਨਈ ਦੇ ਵਿੱਚ ਜਨਮੀ ਜੈਪਾਲ ਨੇ ਸੋਸ਼ਲ ਮੀਡੀਆ ਤੇ ਅਜਿਹੇ ਪੰਜ ਆਡੀਓ ਸੁਨੇਹੇ ਸਾਂਝੇ ਕੀਤੇ ਨੇ ਇਸ ਸੰਦੇਸ਼ ਦੇ ਉਹ ਹਿੱਸੇ ਐਡਿਟ ਕੀਤੇ ਗਏ ਨੇ ਜਿਸ ਵਿੱਚ ਅਸ਼ਲੀਲ ਤੇ ਇਤਰਾਜਯੋਗ ਸ਼ਬਦ ਬੋਲੇ ਗਏ ਨੇ ਇਸ ਮੈਸੇਜ ਦੇ ਵਿੱਚ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੰਦਾ ਹੋਇਆ ਸੁਣਿਆ ਜਾ ਸਕਦਾ ਹੈ ਤੇ ਉਸ ਨੂੰ ਵਾਪਸ ਬਾਤ ਜਾਣ ਲਈ ਕਹਿ ਰਿਹਾ ਹੈ ਜੈਪਾਲ 55 ਸਾਲ ਦੀ ਹੈ ਆਪਣੀ ਪ੍ਰਤੀਨਿਧੀ ਸਭਾ ਦੇ ਵਿੱਚ ਸਿਆਟਲ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਭਾਰਤੀ ਅਮਰੀਕੀ ਸੰਸਦ ਮੈਂਬਰ ਹੈ ਉੱਤਰੀ ਕੋਰੀਆ ਨੇ ਆਪਣੇ ਆਪ ਨੂੰ ਪਰਮਾਣੂ ਹਥਿਆਰ ਸੰਪੰਨ ਦੇਸ਼ ਐਲਾਨ ਦਿੱਤਾ ਹੈ ਇਹ ਵੱਡੀ ਖਬਰ ਹੈ ਪੂਰੀ ਦੁਨੀਆ ਦੇ ਲਈ ਇਸ ਦੇ ਲਈ ਉੱਤਰੀ ਕੋਰੀਆ ਨੇ ਇੱਕ ਕਾਨੂੰਨ ਪਾਸ ਕੀਤਾ ਹੈ ਸਰਕਾਰੀ ਖਬਰ ਏਜੰਸੀ ਕੇ ਸੀ ਐਨ ਐਨ ਨੇ ਜਾਣਕਾਰੀ ਦਿੱਤੀ ਹੈ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਹਨਾਂ ਨੇ ਕਿਹਾ ਹੈ ਕਿ ਇਸ ਫੈਸਲੇ ਦੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ ਉੱਤਰੀ ਕੋਰੀਆ ਹੁਣ ਦੁਨੀਆ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਨਾਲ ਸੰਪੰਨ ਮੁਲਕ ਹੈ ਉਹਨਾਂ ਨੇ ਇਸ ਬਾਰੇ ਵਿੱਚ ਕਿਸੇ ਵੀ ਪੱਧਰ ਦੀ ਗੱਲਬਾਤ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ ਉੱਤਰੀ ਕੋਰੀਆ ਦੇ ਇਸ ਕਾਨੂੰਨ ਦੇ ਮੁਤਾਬਕ ਦੇਸ਼ ਨੂੰ ਆਪਣੀ ਰੱਖਿਆ ਦੇ ਲਈ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦਾ ਅਧਿਕਾਰ ਹੋਵੇਗਾ ਕਈ ਰੋਕਾਂ ਦੇ ਬਾਵਜੂਦ ਉੱਤਰੀ ਕੋਰੀਆ ਨੇ 2006 ਤੇ 17 ਦੇ ਵਿੱਚ 6 ਪਰਮਾਣੂ ਪਰੀਖਣ ਕੀਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਕਈ ਪ੍ਰਸਤਾਵਾਂ ਦੇ باوجود ਉੱਤਰੀ ਕੋਰੀਆ ਨੇ ਆਪਣੀ ਫੌਜੀ ਸਮਰੱਥਾ ਨੂੰ ਅੱਗੇ ਤੇ ਹੋਰ ਅੱਗੇ ਤੇ ਹੋਰ ਅੱਗੇ ਵਿਧਾਇਆ ਅਮਰੀਕਾ ਦੇ ਤਤਕਾਲੀ ਰਾਸ਼ਪਤੀ ਡੋਨਾਲਡ 트ੰਪ ਦੇ ਨਾਲ ਕਿਮ ਯੋਂਗ ਦੀ ਦੋ ਵਾਰੀ ਸਿਖਰ ਵਾਰਤਾ ਵੀ ਹੋਈ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਤੇ ਹੁਣ ਆਖਿਰਕਾਰ ਉਹੀ ਹੋਇਆ ਹੈ ਜਿਸ ਦਾ ਸਭ ਨੂੰ ਖਤਸ਼ਾ ਸੀ ਉੱਤਰੀ ਕੋਰੀਆ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਪਰਮਾਣੂ ਹਥਿਆਰਾਂ ਦੇ ਨਾਲ ਸੰਪੰਨ ਮੁਲਕਾਂ ਅਤੇ ਆਪਣੀ ਰੱਖਿਆ ਦੇ ਲਈ ਅਸੀਂ ਪਰਮਾਣੂ ਹਥਿਆਰ ਕਿਸੇ ਵੇਲੇ ਵੀ ਵਰਤ ਸਕਦੇ ਹਾਂ ਇਹ ਕਾਨੂੰਨ ਵੀ ਪਾਸ ਕਰ ਦਿੱਤਾ ਹੈ ਉੱਤਰੀ ਕੋਰੀਆ ਦੇ ਸ਼ਾਸਕ ਨੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਸਵੇਦ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ